दर्शन दे राजन के राजा महाराजन के महाराजा
राज छोड़ और दूजा कौन ध्याय राज देखोए वाह जी का खालसा वाहिगुरु गुरदास ओंकार रंग जी की फतेह श्री भगवती जी सहाय वाहिगुरु भगवती जी की पाशी दसवीं प्रथम भगवती सिमर कै गुरु नानक लें ध्याए बिरंगत गुरदेव रदास रामदास गुरु सहाय ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰੀਆਂ ਚੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੀ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਸਿੰਘਾਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰੇ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੇ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਰ ਪੰਥ ਕੀ ਜੇਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖੀ ਦਾਨ ਕੇਸ ਦਾਨ ਬਹਿ ਦਾਨ ਬੇਗ ਦਾਨ ਵਿਸਾਹ ਦਾਨ ਭੂਸਾ ਦਾਨ ਨਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤੇ ਰਾਖੇ ਆਪ ਵਾਹਿਗੁਰੂ ਕਾਲਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣੀਆਂ ਦੀ ਵਾਹਨ ਨਿਤਾਣੀਆਂ ਦੇ ਦਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਵਿਖੇ ਅਰਦਾਸ ਬੇਨਤੀ ਹੈ ਆਪ ਜੀ ਦੇ ਪਾਵਨ ਹੁਕਮ ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਦੇ ਮਹਾਂਮੁਖਾਂ ਅਨੁਸਾਰ ਕਾਕਾ ਗੁਰਮੁਖ ਸਿੰਘ ਜੀ ਸਪੁੱਤਰ ਸਰਦਾਰ ਸਰਦੂਤ ਸਿੰਘ ਜੀ ਬੀਬੀ ਜਗਦੀਪ ਕੌਰ ਸਪੁੱਤਰੀ ਗਿਆਨੀ ਮਹਿਲ ਸਿੰਘ ਜੀ ਦੋਨਾਂ ਪਰਿਵਾਰਾਂ ਦੇ ਆਪ ਜੀ ਨੇ ਸਮੇਤ ਕਰਵਾਏ ਹਨ ਪਾਤਸ਼ਾਹ ਜੀ ਇਸ ਸਮੇਂ ਆਪ ਜੀ ਦੇ ਹਜ਼ੂਰ ਬੱਚੇ ਨੂੰ ਸੰਗਾਉਣ ਅਤੇ ਫਿਰਨੀ ਦੀ ਅਰਦਾਸ ਦੀ ਯਾਚਨਾ ਹੈ ਜੀ ਕਿਰਪਾ ਕਰਨੀ ਆਪ ਨੇ ਆਗਿਆ ਬਖਸ਼ਣੀ ਦੋਨਾਂ ਪਰਿਵਾਰਾਂ ਦੇ ਸੀਸ 'ਤੇ ਮੇਰਾ ਪਰੇ ਹੱਥ ਰੱਖਣੇ ਆਪਸ ਵਿੱਚ ਪਰਸਪਰ ਪਿਆਰ ਦੀ ਦਾਤ ਬਖਸ਼ਣੀ ਬੱਚਿਆਂ ਦੇ ਸੀਸ 'ਤੇ ਮੇਰਾ ਪਰੇ ਹੱਥ ਰੱਖ ਕੇ ਗ੍ਰਿਸਤ ਜੀਵਨ ਅੰਦਰ ਖੁਸ਼ੀਆਂ ਭਰੇ ਸੁਭਾਗ ਸਮੇਂ ਬਖਸ਼ਣੇ ਜੀ ਇਸ ਵੇਲੇ ਦੀ ਕੀਤੀ ਹੋਈ ਅਰਦਾਸ ਚਰਨਾ ਪਾਸ ਪ੍ਰਵਾਨ ਕਰਨੀ ਕਰੋ ਕਿਰਪਾ ਮਿਲਣੀ ਕਰਨ ਦੀ ਆਗਿਆ ਬਖਸ਼ੋ ਜੀ ਉਪਰੰਤ ਬੱਚੇ ਨੂੰ ਸਗਲ ਲਾਉਣ ਦੀ ਆਗਿਆ ਬਖਸ਼ਣੀ ਜੀ ਅੱਖਰ ਵਧਾ ਘਾਟਾ ਬੁਲਚੁਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
Thank you.
Amen.
ਕਾਰਜ ਦੀ ਮਰਿਆਦਾ ਹੈ ਪ੍ਰੋਗਰਾਮ ਹੋਣੀ ਹੈ ਬੇਨਤੀ ਹੈ ਭਾਈ ਗੁਰਮੁਖ ਸਿੰਘ ਜੀ ਅਤੇ ਬੀਬੀ ਜਗਦੀਪ ਕੌਰ ਜੀ ਨੂੰ ਕਿ ਉਹ ਸਤਿਗੁਰਾਂ ਦੇ ਸਾਹਮਣੇ ਆ ਕਰਕੇ ਬੈਠ ਜਾ ਤਾਂ ਕਿ ਆਪਾਂ ਕੀਤਾ ਲੋੜੀਏ
ਬੜਾ ਮੌਜੂਦ ਕਾ ਸੁਣ ਇੱਥੇ ਪਹਿਲਾ ਬੱਟੀ ਨੇ ਇਹ ਪ੍ਰਣ ਕੀਤਾ ਕਿ ਜੋ ਇੱਕ ਮੈਂ ਸੱਜਣ ਅੱਜ ਪ੍ਰਾਪਤ ਕੀਤਾ ਹੈ ਉਹ ਸਰਬ ਕਲਾ ਸਮਰੱਥ ਹੈ। ਸੱਜਣ ਜੀ ਜਿਵੇਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਵੇਖ ਪਰਾਈਆਂ ਚੰਗੀਆਂ ਮਾਵਾ ਭੈਣਾਂ ਕਿੰਨੀਆਂ ਜਾਣੇ ਜਿੱਥੇ ਇਹ ਬੱਚੇ ਨੂੰ ਉਪਦੇਸ਼ ਹੈ ਉੱਥੇ ਇਹ ਬੱਚੀ ਨੂੰ ਵੀ ਉਪਦੇਸ਼ ਹੈ ਕਿ ਜਿਸ ਪਤਨੀ ਦਾ ਅੱਜ ਆਨੰਦ ਕਾਰਜ ਹੋ ਰਿਹਾ ਹੈ ਇਹ ਤੁਹਾਡਾ ਪਤੀ ਹੈ ਇਹਨੂੰ ਪਰਮੇਸ਼ਰ ਸਰੂਪ ਜਾਣ ਕੇ ਸੇਵਾ ਕਰਨੀ ਹੈ ਔਰ ਇਸ ਤੋਂ ਇਲਾਵਾ ਵੱਡਿਆਂ ਨੂੰ ਪਿਤਾ ਦੇ ਸਮਾਨ ਬਰਾਬਰ ਦਿਆਂ ਨੂੰ ਭਰਾ ਤੇ ਛੋਟਿਆਂ ਨੂੰ ਪੁੱਤਰਾਂ ਦੇ ਸਮਾਨ ਜਾਣਨਾ ਹੈ। ਏਕ ਜੇ ਸਾਜਣ ਮੈਂ ਕੀਆ ਸਰਬ ਕਲਾ ਸਮਰੱਥ ਇੱਕ ਆਪਣੇ ਪਤੀ ਨਾਲ ਹੀ ਪ੍ਰੇਮ ਭਾਵ ਰੱਖਣਾ ਹੈ ਔਰ ਇਸੇ ਤਰ੍ਹਾਂ ਬੱਚੇ ਨੇ ਵੀ ਜਿਸ ਅੱਜ ਬੱਚੀ ਦਾ ਆਨੰਦ ਕਾਰਜ ਹੋਣ ਜਾ ਰਿਹਾ ਹੈ ਇਹ ਤੁਹਾਡੀ ਅਰਦੰਗੀ ਹੈ ਤੁਹਾਡੀ ਇਸਤਰੀ ਹੈ। ਇਸ ਤੋਂ ਇਲਾਵਾ ਵੱਡੀਆਂ ਔਰਤਾਂ ਨੂੰ ਮਾਤਾ ਦੇ ਪਿਆਰੇ ਦਾ ਅਰਥ ਵਿਦਵਾਨਾਂ ਨੇ ਇਸਤਰੀ ਕੀਤਾ ਹੈ ਹੇ ਇਸਤਰੀ ਹੇ ਭਾਗਵਾਨ ਨੇ ਜੇ ਤੂੰ ਅੱਜ ਸਤਿਗੁਰਾਂ ਦੀ ਹਾਜ਼ਰੀ ਵਿੱਚ ਮੇਰਾ ਪੱਲਾ ਪਕੜੇਗੀ ਮੈਂ ਕਦੇ ਵੀ ਤੈਨੂੰ ਜ਼ਿੰਦਗੀ ਪਰਜੰਤ ਛੱਡਾਂਗਾ ਨਹੀਂ। ਜੇ ਜ਼ਿੰਦਗੀ ਪਰਜੰਤ ਤੈਨੂੰ ਛੱਡਾਂ ਤੇ ਮੈਂ ਨਰਕਾਂ ਦਾ ਅਧਿਕਾਰੀ ਹੋਵਾਂਗਾ। ਔਰ ਸੰਗਤ ਜੀ ਇਸੇ ਤਰ੍ਹਾਂ ਅਰਦਾਸ ਤੋਂ ਉਪਰੰਤ ਵੀ ਗੁਰੂ ਕੇ ਕੀਰਤਨੀਆਂ ਨੇ ਇਹ ਸ਼ਬਦ ਗੈਣ ਕਰਨਾ ਹੈ ਉਸਤਤ ਨਿੰਦਾ ਉਸਤਤ ਨਿੰਦਾ ਨਾਨਕ ਜੀ ਮੈਂ ਹਬ ਵਣਾਈ ਛੋੜਿਆ ਹਬ ਨਿੰਤਿਆਗੀ ਹਬੇ ਸਾਗ ਤੁੜਾਵੇ ਹੇਠੇ ਤੋ ਪੱਲੇ ਤੈਂਡੇ ਲਾਗੇ। ਇਹਦੇ ਵਿੱਚ ਵੀ ਬੱਚੀ ਵੱਲੋਂ ਦੇ ਪ੍ਰਾਣ ਮੈਂ ਆਪਣੇ ਸਾਰੇ ਰਿਸ਼ਤੇਦਾਰ ਭੈਣ ਭਰਾ ਕੁੜਾਵੇ ਜਾਣ ਕੇ ਅੱਜ ਤੋਂ ਤੇਰੇ ਪੱਲੇ ਲੱਗੀ ਹਾਂ। ਔਰ ਸੰਗਤ ਜੀ ਇਹ ਦੋਨਾਂ ਬੱਚਿਆਂ ਵੱਲੋਂ ਸਤਿਗੁਰਾਂ ਦੀ ਹਾਜ਼ਰੀ ਵਿੱਚ ਪ੍ਰਣ ਕੀਤਾ ਜਾਂਦਾ ਹੈ ਔਰ ਦੂਜਾ ਜੋ ਪੱਲੇ ਦੀ ਮਰਜ਼ਾਦਾ ਹੋ ਰਹੀ ਹੈ ਉਹ ਪੱਲੇ ਦੀ ਮਰਜ਼ਾਦਾ ਤੋਂ ਵੀ ਸਾਨੂੰ ਇਹੀ ਸਿੱਖਿਆ ਮਿਲਣੀ ਹੈ ਕਿ ਜਿਵੇਂ ਬੱਚੇ ਬੱਚੀ ਨੇ ਅੱਜ ਪੱਲਾ ਪਕੜ ਕੇ ਸਤਿਗੁਰਾਂ ਦੀ ਹਾਜ਼ਰੀ ਵਿੱਚ ਪਿਆਰ ਸਾਹਿਬ ਬੈਠੇ ਇਸੇ ਤਰ੍ਹਾਂ ਸਾਰੀ ਜ਼ਿੰਦਗੀ ਆਪਸ ਵਿੱਚ ਪ੍ਰੇਮ ਭਾਵ ਨਾਲ ਰਹਿਣਾ ਹੈ। ਤੋ ਸੰਗਤ ਜੀ ਅੱਜ ਦੇ ਇਹਨਾਂ ਆਨੰਦ ਕਾਰਜ ਦੇ ਸਮਾਗਮਾਂ ਤੇ ਬਹੁਤ ਹੀ ਸਤਿਕਾਰਯੋਗ
ਸੰਤ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਹਜ਼ੂਰ ਸਾਹਿਬ ਮਹਾਂਪੁਰਖ ਵੀ ਪਹੁੰਚੇ ਹੋਏ ਨੇ। ਸੰਤ ਬਾਬਾ ਨਕਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਉਹ ਵੀ ਮਹਾਂਪੁਰਖ ਪਹੁੰਚੇ ਨੇ। ਬਾਬਾ ਗੁਰਭਜਨ ਸਿੰਘ ਜੀ ਪਹੁੰਚੇ ਨੇ ਔਰ ਇਸੇ ਤਰ੍ਹਾਂ ਗਿਆਨੀ ਸੁਖਵਿੰਦਰ ਸਿੰਘ ਜੀ ਕਥਾ ਪਾਚਕ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਸਾਹਿਬ ਜੀ ਅੰਮ੍ਰਿਤਸਰ ਤੋਂ ਪਹੁੰਚੇ ਨੇ। ਗਿਆਨੀ ਕੁਲਵੰਤ ਸਿੰਘ ਜੀ ਪੰਥ ਦੇ ਪ੍ਰਸਿੱਧ ਕਥਾ ਪਾਚਕ ਸੰਗਤ ਵਿੱਚ ਸੁਭਾਏ ਮਾਣ ਨੇ। ਗਿਆਨੀ ਹਰਪ੍ਰੀਤ ਸਿੰਘ ਜੀ ਬੱਬੂ ਉਹ ਵੀ ਅੱਜ ਦੇ ਇਹਨਾਂ ਸਮਾਗਮਾਂ ਵਿੱਚ ਪਹੁੰਚੇ ਨੇ। ਹੋਰ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਮਹਾਂਪੁਰਖ ਗੁਰੂ ਕੀਆ ਲਾਡ ਦੀਆਂ ਫੌਜਾਂ ਪਹੁੰਚੀਆਂ ਹੋਈਆਂ ਨੇ ਸੰਗਤ ਜੀ। ਹੁਣ ਭਾਈ ਸਾਹਿਬ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਆਨੰਦ ਕਾਰਜ ਦੇ ਪ੍ਰਾਰੰਭਤਾ ਦੀ ਅਰਦਾਸ ਕਰਨਗੇ। ਬੱਚਾ ਬੱਚੀ ਉਹਨਾਂ ਦੇ ਮਾਂ ਉਪਾਈ
ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਭੈ ਦਇਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਭੈ ਸਰੀਰ ਜਨ ਧੂਰੀ ਨਾਇਆ ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਕ ਉਹਦੇ ਸਮਾਇਆ ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਕ ਕੁਲ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਜੇ ਮੰਦੀ ਚਿਰਸਾਰ ਹੋਇਓ ਗੁਰੂ ਕੇ ਕੀਰਤਣੀਏ ਪੱਲੇ ਦਾ ਸ਼ਬਦ ਗੈਣ ਕਰਨਗੇ ਜਨ ਕਾ ਨਾਨਕ ਲਾਭ ਪਏ
ਪਰਦੀ ਜੜੀ ਲਾਵ ਮਨ ਜਾਉ ਭਇਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਤ ਗਿਆ ਅਕਤ ਪਾਣੀ ਹਿਰਦਾ ਹਰ 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 ਧੁਨ ਉਪਜੀ ਹਰ ਜਪੀਐ ਵਾਸਤਵ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵ ਹਰ ਉਪਜੈ ਮਨ ਪੈ ਰਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵ ਹਰ ਉਪਜੈ ਮਨ ਪੈ ਰਾਗ ਜੀਓ ਹਰ ਹਰ ਚੌਥੜੀ
Bye.
Okay.
ਪਿਆਰੀ ਸਾਧ ਸੰਗਤ ਸਭ ਗੁਰਾਂ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਜੋ ਆਨੰਦ ਕਾਰਜ ਦੀ ਮਰਿਆਦਾ ਆਨੰਦ ਸਾਹਿਬ ਅਰਦਾਸ ਸੁਖਨਾਮੇ ਸਾਹਿਬ ਤੋਂ ਬਾਅਦ ਸੰਪੂਰਨ ਹੋ ਜਾਣੀ ਹੈ। ਕੁਟਾਰ ਕੋਲ ਸ਼ੁਕਰਾਨਾ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸਤਿਗੁਰ ਮਹਾਰਾਜ ਕਿਰਪਾ ਕਰਨ ਦੋਹਾਂ ਹੀ ਪ੍ਰਵਾਨਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਆਪਸੀ ਮੇਲ ਮਿਲਾਪ ਪਿਆਰ ਪਿਆਰ ਬਖਸ਼ਿਸ਼ ਕਰ ਮੇਰੀਆਂ ਸਾਂਝਾਂ ਬਖਸ਼ਿਸ਼ ਕਰ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਬੀਬੀ ਜਗਦੀਪ ਕੌਰ ਜੀ ਨੂੰ ਬ੍ਰਿਸ਼ਤ ਮਾਰਗ ਦੇ ਸਤਿਗੁਰ ਸਾਰੇ ਸੁੱਖ ਇਹਨਾਂ ਦੀ ਚੋਰੀ ਦੇ ਵਿੱਚ ਪਾਉਣ ਦੋਹਾਂ ਹੀ ਪਰਿਵਾਰਾਂ ਇਸ ਕਾਰਜ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਸਤਿਗੁਰ ਮਹਾਰਾਜ ਕਿਰਪਾ ਕਰ ਸਤਿਗੁਰ ਪਾਤਸ਼ਾਹ ਜੀ ਦੀ ਅਗਾਧ ਬਾਣੀ ਪੜ੍ਹਦੇ ਦੱਸ ਰਿਹਾ ਪਾਸੋਂ ਇੱਕ ਦੀਆਂ ਅਨੇਕ ਪ੍ਰਕਾਰ ਦੀਆਂ ਬੋਲਾਂ ਚੁੱਕਾਂ ਹੋ ਗਈਆਂ ਨੇ। ਸੰਪਰਕ ਸਤਿਗੁਰ ਜੀ ਬਖਸ਼ਣਯੋਗ ਜੀ ਆਪ ਜੀ ਸਤਿਕਾਰਯੋਗ ਸੰਗਤ ਬਖਸ਼ਣਯੋਗ ਹੋ ਕਿਉਂਕਿ ਸੰਗਤ ਦੇ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਸੰਤ ਮਹਾਂਪੁਰਖ ਨਿਹੰਗ ਸਿੰਘ ਜਥੇਬੰਦੀਆਂ ਜਿੱਧਰ ਵੇਖੀਏ ਉੱਧਰ ਹੀ ਇੱਕ ਨੂੰ ਇੱਕ ਚੜ੍ਹਦੀਆਂ ਨਜ਼ਰ ਪੈਂਦੀ ਹੈ। ਸੋ ਸਭ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦੇ ਇਹ ਪ੍ਰਾਂਤਕ ਸਾਧ ਜਿਸ ਤਰ੍ਹਾਂ ਦਾ ਉਸਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਯਤਨ ਕੀਤਾ ਕਿ ਜੋ ਸ਼ਬਦ ਜਿਸ ਰਾਗ ਵਿੱਚ ਸੀ ਉਸਨੂੰ ਉਸੇ ਰਾਗ ਵਿੱਚ ਪੜ੍ਹਿਆ ਜਾਵੇ। ਪੱਲੇ ਤੈਂਡੇ ਲਾਗੀ ਰਾਮ ਕਲੀ ਦਾ ਸਲੋਕ ਹੈ ਉਸੇ ਵਿੱਚ ਉਸਨੂੰ ਗਾਇਨ ਕੀਤਾ। ਸੂਹੀ ਰਾਗ ਦੇ ਵਿੱਚ ਲਾਵਾਂ ਹੁੰਦਾ ਸੋ ਇਹ ਪ੍ਰਾਂਤਕ ਮਰਿਆਦਾ ਜੋ ਅੱਜ ਦਾ ਇਹ ਕਾਰਜ ਹੋਇਆ ਬਹੁਤ ਖੁਸ਼ੀ ਹੈ। ਆਓ ਆਨੰਦ ਸਾਹਿਬ ਜੀ ਦਾ ਪਾਠ ਗ੍ਰੰਥ ਸਮਾਪਤੀ ਹੈ। ਇੱਕ ਵਾਰ ਫਿਰ ਤੋਂ ਕੁਟਾਲਪੁਰ ਸ਼ੁਕਰਾਨਾ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਤਿ ਸਤਿਕਾਰਯੋਗ ਗਿਆਨੀ ਮਹਿਲ ਸਿੰਘ ਜੀ ਜੋ ਕਿਸੇ ਵੀ ਜਾਣ ਪਹਿਚਾਣ ਦੇ ਮਹਤਾਜ ਨਹੀਂ ਦੱਸ ਰਹੇ ਉਹਨਾਂ ਦਾ ਧੰਨਵਾਦ ਕਰਦੇ ਨੇ ਕਿ ਐਸੇ ਕਾਰਜ ਵਿੱਚ ਉਹਨਾਂ ਨੇ ਦੱਸ ਰਿਹਾ ਨਮਸਕਾਰ ਨੂੰ ਸਮਝਿਆ ਕੀਰਤਨ ਸੇਵਾ ਕਰਨ ਦਾ ਮੌਕਾ ਦਿੱਤਾ ਸਮੂਹ ਪਰਿਵਾਰ ਦਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਆਓ ਰਾਮਕਲੀ ਮਹੱਲਾ ਤੀਜਾ ਰਾਮਕਲੀ ਰਾਗ ਦੇ ਵਿੱਚ ਹੀ ਆਨੰਦ ਸਾਹਿਬ ਜੀ ਪੜ੍ਹਨ ਦਾ ਯਤਨ ਕਰਾਂਗੇ। ਸਤਿਗੁਰ ਮਹਾਰਾਜ ਜੀ ਸਦਾ ਰਹੋ ਭਗਤਾਂ ਦੇ ਸਾਰੇ ਸਾਹਿਬ ਗਿਆਨ ਹੀ ਕਰਦੇ ਰਹੇ।
ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਪਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਏ ਦੇਖ ਦੇਖ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਫ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਡੂੰਘੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਕਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਗਰੀਬ ਨਿਵਾਜ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਹਾਂਵਾਕ ਅਨੁਸਾਰ ਗੁਰੂ ਘਰ ਦੇ ਸੇਵਕ ਭਾਈ ਸਰਦੂਲ ਸਿੰਘ ਜੀ ਅਤੇ ਭਾਈ ਮਹਿਲ ਸਿੰਘ ਜੀ ਸੇਵਕਾਂ ਦੇ ਪਰਿਵਾਰਾਂ ਵਿੱਚ ਆਪ ਜੀ ਨੇ ਅਪਾਰ ਕਿਰਪਾ ਕੀਤੀ ਮਹਾਰਾਜ ਜੀ ਖੁਸ਼ੀਆਂ ਭਰੇ ਸਮੇਂ ਬਖਸ਼ਿਸ਼ ਕੀਤੇ ਕਾਕਾ ਗੁਰਮੁਖ ਸਿੰਘ ਦਾ ਸ਼ੁਭ ਆਨੰਦ ਕਾਰਜ ਬੇਟੀ ਜਗਦੀਪ ਕੌਰ ਦੇ ਨਾਲ ਆਪ ਜੀ ਦੇ ਹਜ਼ੂਰ ਹੋਇਆ ਗਰੀਬ ਨਿਵਾਜ ਪਾਵਨ ਗੁਰਬਾਣੀ ਦਾ ਕੀਰਤਨ ਕਰਦਿਆਂ ਪਾਠ ਕਰਦਿਆਂ ਸਮੁੱਚੀ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਕਿਰਪਾ ਕਰਨੀ ਮਹਾਰਾਜ ਸੁਭਾਗ ਜੋੜੀ ਦੇ ਸਿਰ ਦੇ ਮਿਹਰ ਭਰਿਆ ਹੱਥ ਰੱਖਣਾ ਘਰ ਗ੍ਰਿਸ਼ਤੀ ਦੇ ਸੁੱਖ ਬੱਚਿਆਂ ਨੂੰ ਬਖਸ਼ਿਸ਼ ਕਰਨੇ ਮਹਾਰਾਜ ਜੀ ਆਪਸੀ ਪਿਆਰ ਵਿਸ਼ਵਾਸ ਏਕਤਾ ਦੀ ਦਾਤ ਬਖਸ਼ ਕੇ ਨਿਹਾਲ ਕਰਨਾ ਜੀ ਆਪਣੇ ਗਰਮ ਗਰਮ ਗੁਰਸਿੱਖੀ ਜੀਵਨ ਨਾਮ ਦਾਨ ਸ਼ਰਧਾ ਭਾਵਨਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ ਸੁਭਾਗ ਜੋੜੀ ਦੀ ਹਰ ਸਮੇਂ ਹਰ ਪ੍ਰਕਾਰ ਰੱਖਿਆ ਕਰਨੀ ਆਦਿ ਵਿਆਪ ਅਪਾਤ ਤੋਂ ਬਚਾਉਣਾ ਗਰੀਬ ਨਿਵਾਜ ਦੋਨਾਂ ਹੀ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਪਛਾਕੇ ਭੇਟ ਹੋਏ ਆਪ ਜੀ ਨੇ ਅੰਗੀ ਲੈਕ ਕੀਤੇ ਹਨ ਆਪ ਜੀ ਦਾ ਸ਼ੁਕਰ ਹੈ ਇੱਜ਼ਤ ਬਤ ਰੱਖਣੀ ਪੜਦੇ ਟੱਕਣੇ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ
ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤਾਂ ਨੂੰ ਵਰਤਾਉਣ ਦੀ ਆਗਿਆ ਬਖਸ਼ਣੀ ਜੀ ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਜੀ ਕਰੋ ਕਿਰਪਾ ਦਰ ਤੇ ਆਈਆਂ ਸੰਗਤਾਂ ਨੂੰ ਮਹਾਰਾਜ ਜੀ ਪਾਵਨ ਮੁਖਵਾਕ ਬਖਸ਼ ਕੇ ਨਿਹਾਲ ਕਰੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਪਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਕਰੀ ਅਕਾਲ ਕੀ ਸਭ ਸਿਮਰਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪਾਰ ਬ੍ਰਹਮ ਆਪਣੇ ਕੀਨੇ
ਸੰਸਾਰੀਆਂ ਨੂੰ ਨਸੀਬ ਹੁੰਦੀਆਂ ਨੇ ਅੱਜ ਸਵਰਗ ਵਰਗਾ ਆਨੰਦ ਬਣਿਆ ਹੋਇਆ ਹੈ ਆਪਾਂ ਸਾਰੇ ਸਤਿਗੁਰਾਂ ਦੀ ਅਸੀਸ ਬੜੇ ਅਰਬ ਦੇ ਨਾਲ ਲੈ ਰਹੇ ਹਾਂ ਆਓ ਬੜੇ ਆਦਰ ਨਾਲ ਜਨਕਾਰਾ ਛੱਡ ਕੇ ਬੋਲੇ ਸੋ ਨਿਹਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਸਤਿਕਾਰ ਸਾਹਿਬ ਧੰਨਵਾਦ ਕਰਦਾ ਹਾਂ ਅਗਲਾ ਪ੍ਰੋਗਰਾਮ ਜੋ ਉਲੀਕਿਆ ਗਿਆ ਮਾਣਯੋਗ ਸੰਤ ਬਾਬਾ ਨਰਿੰਦਰ ਸਿੰਘ ਸਾਹਿਬ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਉਹਨਾਂ ਦੇ ਵਧੇਵੇਂ ਸੀ ਬੇਸ਼ੱਕ ਇਹ ਸਾਰਾ ਪ੍ਰੋਗਰਾਮ ਬੜੇ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਆਸਥਾ ਅਰਪਿਤ ਕੀਤੀ ਗਈ ਹੈ ਇਹ ਸੇਵਾ ਲਈ ਧੰਨਵਾਦ ਕਰਨਾ ਬਣਦਾ ਹੈ ਸੰਤ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਉਹਨਾਂ ਨੇ ਜਾਣਾ ਹੈ ਸਭਾਗੀ ਜੋੜੀ ਨੂੰ ਅਸੀਸਾਂ ਸੰਤ ਬਾਬਾ ਨਰਿੰਦਰ ਸਿੰਘ ਸਾਹਿਬ ਜੀ ਹਜ਼ੂਰ ਸਾਹਿਬ ਵਾਲੇ ਔਰ ਹਰਦੁਆਰਾ ਸਾਹਿਬ ਵਾਲੇ ਮਹਾਂਪੁਰਖ ਦੇ ਰਹੇ ਨੇ ਬੋਲੇ ਸੋ ਨਿਹਾਲ ਸੰਤ ਬਾਬਾ ਨਰਿੰਦਰ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਦਾ ਹਾਂ ਉਹ ਸਟੇਜ ਤੇ ਆਉਣ ਔਰ ਗੁਰੂ ਕੀ ਸੰਤ ਨੂੰ ਆਪਣੇ ਮੁਬਾਰਕ ਵਚਨਾਂ ਦੇ ਦੁਆਰਾ ਨਿਹਾਲ ਕਰਨ ਉਹਨਾਂ ਤੋਂ ਬਾਅਦ ਬੜੇ ਆਦਰਣੀ ਸਿੰਘ ਸਾਹਿਬ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਉਹ ਵੀ ਆਏਗੇ ਉਹਨਾਂ ਨੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਾ ਹੈ ਸੰਤ ਬਾਬਾ ਲਖਬੀਰ ਸਿੰਘ ਸਾਹਿਬ ਜੀ ਆਏ ਨੇ ਉਹਨਾਂ ਨੂੰ ਵੀ ਆਪਾਂ ਉਹਨਾਂ ਦੇ ਵਚਨ ਦੀ ਸ਼ਰਵਣ ਕਰਨੀ ਹੈ ਬਾਬਾ ਸੰਤੋਖ ਸਿੰਘ ਜੀ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਸੁਰ ਸਿੰਘ ਵਾਲਿਆਂ ਦੀ ਤਰਫੋਂ ਹਾਜ਼ਰੀ ਭਰਨਗੇ ਇਸੇ ਤਰ੍ਹਾਂ ਕਮਿਸ਼ਨਰ ਗਿਆਨੀ ਗੁਰਦਿਆਲ ਸਿੰਘ ਢਿੱਲਵਾਂ ਗੁਰਜੰਤ ਸਿੰਘ ਬੈਂਕਰ ਔਰ ਜਿਵੇਂ ਪਰਿਵਾਰ ਨੇ ਪ੍ਰੋਗਰਾਮ ਲਿਖ ਕੇ ਮੈਨੂੰ ਇੱਥੋਂ ਆਪ ਜੀ ਦੇ ਸਾਹਮਣੇ ਅਨਾਊਂਸ ਕਰਨ ਵਾਸਤੇ ਆਖਿਆ ਹੈ ਉਸੇ ਮੁਤਾਬਕ ਆਪਾਂ ਸਟੇਜ ਨੂੰ ਅੱਗੇ ਚਲਾਵਾਂਗੇ ਇੰਨਾ ਜ਼ਿਆਦਾ ਵਕਤ ਨਹੀਂ ਲੈਣਾ ਆਪਣੀ ਸ਼ਖਸੀਅਤ ਸੰਤ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਉਹਨਾਂ ਨੂੰ ਜੋਰ ਵੀ ਕਰਦਾ ਹੈ ਕਿ ਉਹ ਸਤਿਕਾਰ ਜ਼ਰੂਰ ਪ੍ਰਾਪਤ ਕਰਕੇ ਜਾਣੇ ਬੇਨਤੀ ਹੈ ਸਾਡੀ ਬੜੇ ਅਰਬ ਨਾਲ ਆਪ ਜੀ ਜਾਣ ਦੀ ਖੇਚਲ ਨਾ ਕਰਨਾ ਸਤਿਕਾਰ ਸੰਤ ਵੱਲੋਂ ਪਰਿਵਾਰ ਵੱਲੋਂ ਆਪ ਜੀ ਨੇ ਪ੍ਰਾਪਤ ਕਰਨਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਬੜੇ ਆਦਰਣੀਏ ਨੇ ਸਾਡੇ ਸਿੱਖੀ ਪ੍ਰਚਾਰ ਵਿੱਚ ਉਹਨਾਂ ਦਾ ਤਾਸਾ ਯੋਗਦਾਨ ਹੈ ਗੁਰੂ ਸਾਹਿਬ ਉਹਨਾਂ ਨੂੰ ਸਰੀਰਕ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ ਕਰਕੇ ਕਰਤਾਰ ਕਰਨ ਆਓ ਬਾਬਾ ਲਖਬੀਰ ਸਿੰਘ ਸਾਹਿਬ ਜੀ ਰਤਵਾੜਾ ਸਾਹਿਬ ਵਾਲੇ ਉਹਨਾਂ ਦਾ ਸਤਿਕਾਰ ਹੈੱਡ ਕੰਟਰੀ ਗੁਰਦੁਆਰਾ ਸਾਹਿਬ ਤੇ ਕਰਨਗੇ ਜੀ ਬੋਲੇ ਸੋ ਨਿਹਾਲ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਸੇਵਾਦਾਰ ਵੀ ਆਏ ਨੇ ਉਹਨਾਂ ਦਾ ਵੀ ਅਦਭੁਤ ਮੈਂ ਸਮਝਦਾ ਬੜੇ ਸਕੂਨ ਨਾਲ ਸਾਨੂੰ ਲੱਗੇ ਜੇ ਜਾਰੀ ਰੱਖਣੀ ਪੈਂਦੀ ਹੈ ਤੇ ਕੋਈ ਗੱਲ ਨਹੀਂ ਮਹਾਂਪੁਰਖਾਂ ਨੂੰ ਆਪਾਂ ਸਮਾਂ ਦਈਏ ਪਤਾਵਲੀ ਹੈ ਸੰਗਤ ਉਹਨਾਂ ਦੇ ਦਰਸ਼ਨਾਂ ਵਾਸਤੇ ਬੜੀ ਰੱਬੀ ਰੰਗ ਵਿੱਚ ਰੰਗੀ ਰੂਹ ਨੇ ਸੰਤ ਬਾਬਾ ਨਰਿੰਦਰ ਸਿੰਘ ਸਾਹਿਬ ਦੀ ਹਜ਼ੂਰ ਸਾਹਿਬ ਵਾਲੇ ਉਹ ਕੁਝ ਪਲਾਂ ਵਾਸਤੇ ਹਾਜ਼ਰੀ ਭਰਨਗੇ
ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਜੋ ਸਰਦਾਰ ਸਰਦੂਲ ਸਿੰਘ ਜੀ ਉਹਨਾਂ ਦੇ ਸਪੁੱਤਰ ਗੁਰਮੁਖ ਸਿੰਘ ਜੀ ਕਿ ਗੁਰੂ ਸਾਹਿਬਾਂ ਨੇ ਚਾਰ ਨਾਵਾਂ ਦੇ ਵਿੱਚ ਸਾਨੂੰ ਸੰਦੇਸ਼ ਵੀ ਦਿੱਤਾ ਇਹ ਛੋਟੀ ਜਿਹੀ ਵਿਚਾਰ ਕਰਕੇ ਆਪਾਂ ਗੁਰੂ ਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਪਹਿਲੀ ਨਾਂ ਦੇ ਵਿੱਚ ਗੁਰੂ ਸਾਹਿਬਾਂ ਦੇ ਕਰਮ ਦੀ ਪ੍ਰਵਿਰਤੀ ਦੀ ਅਤੇ ਨਾਮ ਦੀ ਗੱਲ ਕੀਤੀ ਪਹਿਲੀ ਨਾਂ ਦੇ ਵਿੱਚ ਮਹਾਰਾਜ ਨੇ ਕਰਮ ਦੀ ਪ੍ਰਵਿਰਤੀ ਦੀ ਅਤੇ ਨਾਮ ਦੀ ਗੱਲ ਕੀਤੀ ਹੈ ਸੰਸਾਰੀਆਂ ਸੰਤਾਂ ਨੂੰ ਸਮੁੱਚੇ ਸੰਸਾਰ ਨੂੰ ਇਹ ਚਾਰ ਨਾਵਾਂ ਦੇ ਵਿੱਚ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਮਰ ਕਹਿੰਦੇ ਸਿੱਖੋ ਪਹਿਲੀ ਜਿਹੜੀ ਲਾਮ ਆ ਉਹਦੇ ਵਿੱਚ ਕਰਮ ਦੀ ਪ੍ਰਵਿਰਤੀ ਦੀ ਅਤੇ ਨਾਮ ਦੀ ਗੱਲ ਕੀਤੀ ਕਹਿੰਦੇ ਗੁਰਸਿੱਖਾ 84 ਲੱਖ ਜੋੜ ਦੇ ਵਿੱਚੋਂ ਤੇਰੇ ਬਹੁਤੇ ਵੱਡੇ ਪੂਰਬਲੇ ਕਰਮ ਕਿਉਂਕਿ ਕਰਮ ਦੀ ਗੱਲ ਕੀਤੀ ਪੂਰਬਲੇ ਕਰਮ ਜਿਹੜੇ 84 ਲੱਖ ਜੋੜ ਜੋ ਕੱਢ ਕੇ ਮਾਨਸ ਜਨ ਬਖਸ਼ ਕੀਤਾ ਇਹ ਤੇਰਾ ਵੱਡੇ ਭਾਗ ਤੇਰਾ ਕਰਮ ਚੰਗਾ ਸੀ ਮਾਨਸ ਜਨਮ ਦੀ ਬਖਸ਼ਿਸ਼ ਹੋਈ ਤੇਰਾ ਕਰਮ ਚੰਗਾ ਸੀ ਸਿੱਖ ਕੌਮ ਦੇ ਘਰ ਜਨਮ ਹੋਇਆ ਤੇਰਾ ਕਰਮ ਚੰਗਾ ਸੀ ਕਿ ਤੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾ ਤੂੰ ਤੇਰਾ ਕਰਮ ਚੰਗਾ ਸੀ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇਰਾ ਕਰਮ ਚੰਗਾ ਸੀ ਕਿ ਮਹਾਰਾਜ ਨੇ ਗੁਰਬਾਣੀ ਨੂੰ ਵੀ ਪੱਲਾ ਜਿਹੜਾ ਦੋਵਾਂ ਜੀਆਂ ਨੂੰ ਫੜਾ ਦਿੱਤਾ ਕਿਉਂਕਿ ਸ਼ੁਭ ਕਰਮਾਂ ਤੋਂ ਬਗੈਰ ਮਾਨਸ ਜਨਮ ਨਹੀਂ ਮਿਲਦਾ ਗੁਰੂ ਦੇ ਚਰਨੀ ਦੇ ਲਗਿਆ ਜਾਂਦਾ ਇਹ ਸ਼ੁਭ ਕਰਮ ਕਰਕੇ ਹੀ ਮਾਰ ਕਹਿੰਦੇ ਆ ਤੂੰ ਦਸਾਂ ਨੌਵਾਂ ਦੀ ਕਿਰਤ ਕਰਨੀ ਆ ਕਰਮਾਂ ਕਰਕੇ ਹੀ ਪ੍ਰਵਿਰਤੀ ਦੇ ਵਿੱਚ ਵਿਚਰਨਾ ਵਾ ਸੰਸਾਰ ਦੇ ਵਿੱਚ ਵਿਚਰਨਾ ਵਾ ਪ੍ਰਵਿਰਤੀ ਵਿੱਚ ਰਹਿੰਦਿਆਂ ਹੋਇਆ ਮਰ ਕੇ ਤੂੰ ਇੰਨਾ ਨਾਮ ਜਪਣਾ ਵਾ ਪ੍ਰਵਿਰਤੀ ਦੇ ਵਿੱਚ ਰਹਿੰਦਿਆਂ ਹੋਇਆ ਕਰਮ ਗਤੀ ਨੂੰ ਭੋਗਦਿਆਂ ਹੋਇਆ ਤੂੰ ਇੰਨਾ ਸਿਮਰਨ ਅਭਿਆਸ ਕਰਨਾ ਵਾ ਕਿ ਰਸਨਾ ਕਰਕੇ ਤੇਰਾ ਜਾਪ ਚੱਲੇ ਕੰਠ ਦੇ ਵਿੱਚ ਤੇਰਾ ਜਾਪ ਚੱਲੇ ਹਿਰਦੇ ਵਿੱਚ ਤੇਰਾ ਜਾਪ ਚੱਲੇ ਤੇਰੇ ਨਾਭੀ ਦੇ ਵਿੱਚ ਤੇਰਾ ਜਾਪ ਚੱਲੇ ਧੁੰਨ ਦੇ ਵਿੱਚ ਤੇਰਾ ਦਾਸ ਜਾਪ ਚੱਲੇ ਸੁਰਤ ਕਰਕੇ ਚੱਲੇ ਧਿਆਨ ਕਰਨਾ ਇਹਨਾਂ ਤੂੰ ਸਿਮਰਨ ਦਾ ਅਭਿਆਸੀ ਹੋ ਜਾਵੇ ਮਹਾਰਾਜ ਕਹਿੰਦੇ ਇੰਨੀ ਤੇਰੀ ਅਵਸਥਾ ਜਿਹੜੀ ਉੱਚੀ ਹੋ ਜਾਵੇ ਪਹਿਲੀ ਨਾਂ ਦੇ ਵਿੱਚ ਹੀ ਮਹਾਰਾਜ ਨੇ ਏਡਾ ਵੱਡਾ ਉਪਦੇਸ਼ ਦਿੱਤਾ ਵਾ ਕਿ ਕਰਮ ਗਤੀ ਨੂੰ ਭੋਗਦਿਆਂ ਪ੍ਰਵਿਰਤੀ ਵਿੱਚ ਰਹਿੰਦਿਆਂ ਹੋਇਆਂ ਦਸਾਂ ਨੌਵਾਂ ਦੀ ਕਿਰਤ ਕਰਦਿਆਂ ਤੂੰ ਇੰਨਾ ਵੱਡਾ ਅਭਿਆਸੀ ਹੋ ਜਾਵੇ ਕਿ ਇੰਨੀ ਤੇਰੇ ਉੱਤੇ ਕਿਰਪਾ ਹੋ ਜਾਵੇ ਕਿ ਦੂਸਰੀ ਨਾਂ ਦੇ ਵਿੱਚ ਮਹਾਰਾਜ ਨੇ ਅਨਹਦ ਸ਼ਬਦ ਦੀ ਗੱਲ ਕੀਤੀ ਦੂਸਰੀ ਨਾਂ ਦੇ ਵਿੱਚ ਮਹਾਰਾਜ ਨੇ ਅਨਹਦ ਸ਼ਬਦ ਦੀ ਗੱਲ ਕੀਤੀ ਕਿ ਤੇਰੀ ਪਹਿਲੀ ਨਾਂ ਦੇ ਵਿੱਚ ਇੰਨੀ ਵਸਤਾ ਉੱਚੀ ਹੋ ਜਾਵੇ ਨਾਮ ਜਪ ਜਪ ਕੇ ਵੈਰਾਗ ਦੇ ਅੰਦਰ ਵੈਰਾਗ ਦੇ ਅੰਦਰੋਂ ਤਿਆਗ ਜਨਮ ਲੈਂਦਾ ਵਾ ਤੂੰ ਇੰਨਾ ਵੱਡਾ ਤਿਆਗੀ ਹੋ ਜਾਵੇ ਕਿ ਗੁਰੂ ਤੋਂ ਬਗੈਰ ਕਿਸੇ ਨੂੰ ਨਜ਼ਰ ਥੱਲੇ ਨਾ ਤੂੰ ਲੈ ਕੇ ਆਉਂਦਾ ਦਰਿਆਵੀ ਤੌਰ 'ਤੇ ਸੰਗਤ ਨਾਲ ਪਿਆਰ ਕਰਨਾ ਗੁਰੂ ਨਾਲ ਪਿਆਰ ਕਰਨਾ ਵਾ ਤੇਰਾ ਦਰਿਆਵੀ ਪਦਾਰਥਾਂ ਦੇ ਨਾਲੋਂ ਮੋਹ ਟੁੱਟ ਜਾਵੇ ਦਰਿਆਵੀ ਸੰਸਾਰ ਦੇ ਨਾਲੋਂ ਤੇਰਾ ਮੋਹ ਟੁੱਟ ਜਾਵੇ ਇੱਥੋਂ ਤੱਕ ਤਿਆਗੀ ਹੋ ਜਾਵੇ
ਕਿ ਕਿਸੇ ਦੇ ਨਾਲ ਤੇਰਾ ਲਗਾਓ ਰਵੇ ਨਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵੈਰ ਵਿਰੋਧ ਚੁਗਲੀ ਨਿੰਦਿਆ ਝੂਠ ਆਸਾ ਅਰਸ਼ਨਾ ਮਨਸਾ ਸਭ ਤੇਰਾ ਤਿਆਗਿਆ ਜਾਏ। ਕੇਵਲ ਤੇ ਕੇਵਲ ਧਿਆਨ ਦੇ ਵਿੱਚ ਤੇਰੇ ਗੁਰੂ ਹੀ ਰਹਿ ਜਾਵੇ, ਇੱਕ ਸ਼ਬਦ ਹੀ ਚੇਤੇ ਰਹਿ ਜਾਵੇ, ਤੂੰ ਇੰਨਾ ਵਿਰਾਗੀ ਪੁਰਸ਼ ਹੋ ਜਾਵੇ। ਤੇ ਚੌਥੀ ਲਾਂਦ ਵਿੱਚ ਮਹਾਰਾਜ ਨੇ ਸਹਿਜ ਦੀ ਤੇ ਮਲਾਪ ਦੀ ਗੱਲ ਕੀਤੀ। ਚੌਥੀ ਲਾਂਦ ਦੇ ਵਿੱਚ ਮਹਾਰਾਜ ਨੇ ਸਹਿਜ ਦੀ ਤੇ ਮਲਾਪ ਦੀ ਗੱਲ ਕੀਤੀ ਆ ਕਿ ਤੇਰੀ ਚੌਥੀ ਐਸੀ ਅਵਸਥਾ ਬਣ ਜਾਵੇ ਇਸ ਜੀਵਨ ਦੇ ਵਿੱਚ ਕਿ ਤੇਰੇ ਅੰਦਰ ਸਹਿਜ ਵਰਤ ਜਾਵੇ। ਸਹਿਜ ਤਾਂ ਹੀ ਵਰਤੇਗਾ ਨਾਮ ਜੇ ਆਪਾਂ ਨਾਮ ਜਪਾਂਗੇ, ਅਨਹਦ ਸ਼ਬਦ ਪ੍ਰਗਟ ਹੋਵੇਗਾ, ਤਾਂ ਫਿਰ ਵਿਰਾਗੀ ਪੁਰਸ਼ ਹੋਵੇਗਾ ਜਿਹਦਾ ਪਦਾਰਥਾਂ ਦੇ ਨਾਲ ਮੋਹ ਟੁੱਟ ਜਾਵੇਗਾ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸਚੇ ਸਵਾਰਿਆ। ਜਦੋਂ ਪਦਾਰਥਾਂ ਦੇ ਨਾਲ ਮੋਹ ਖਤਮ ਹੋ ਗਿਆ, ਸੰਸਾਰ ਨਾਲ ਮੋਹ ਖਤਮ ਹੋ ਗਿਆ, ਵਕਾਰਾਂ ਨਾਲੋਂ ਮੋਹ ਖਤਮ ਹੋ ਗਿਆ ਤੇ ਤੇਰੇ ਅੰਦਰ ਸਹਿਜ ਵਰਤ ਗਿਆ, ਕਹਿਣ ਤੋਂ ਭਾਵ ਕਿ ਜਿੰਨੇ ਤੇਰੇ ਅੰਦਰ ਫੁਰਨੇ ਉੱਠ ਰਹੇ ਹਨ, ਫੁਰਨੇ ਵਿੱਚੋਂ ਕਰਮ ਜਨਮ ਲੈਂਦਾ ਤੇ ਜੀਵ ਨੂੰ ਕਰਮ ਸੰਸਾਰ ਦੇ ਵਿੱਚ ਫਿਰ ਸੁੱਟ ਦਿੰਦਾ। ਮਹਾਰਾਜ ਕਹਿੰਦੇ ਇਹ ਜਿੰਨੇ ਤੇਰੇ ਅੰਦਰ ਫੁਰਨੇ ਆ ਇਹ ਸਾਰੇ ਖਤਮ ਹੋ ਜਾਣ, ਕਰਮ ਵੀ ਖਤਮ ਹੋ ਜਾਣ, ਕਿਉਂਕਿ ਕਰਮਾਂ ਦਾ ਵਜ੍ਹਾ ਸੰਸਾਰ ਦੇ ਵਿੱਚ ਜੀਵ ਆਉਂਦਾ। ਗੁਰ ਕਾ ਸ਼ਬਦ ਕਾਟੇ ਕੋਲ ਕਰਮ, ਚੌਥੀ ਵਸਤਵ ਵਿੱਚ ਜਾ ਕੇ ਸਹਿਜ ਦੇ ਵਿੱਚ ਜਿਹੜਾ ਸ਼ਬਦ ਦਾ ਗੁਰਸਿੱਖਾ ਅਭਿਆਸ ਕਰਨਾ ਵਾ ਤੇ ਤੇਰਾ ਇੰਨਾ ਅਭਿਆਸ ਹੋ ਜਾਵੇ ਉਹ ਸ਼ਬਦ ਤੇਰੇ ਕਰਮਾਂ ਨੂੰ ਕੱਟ ਕੇ ਰੱਖਦਾ, ਤੇਰੇ ਫੁਰਨਿਆਂ ਨੂੰ ਕੱਟ ਕੇ ਰੱਖਦਾ। ਕੇਵਲ ਤੇ ਕੇਵਲ ਇੱਕ ਫੁਰਨਾ ਜਿਹੜਾ ਸ਼ਬਦ ਦਾ ਹੀ ਰਹਿ ਜਾਏ ਤੇਰੀ ਸੁਰਤ ਵਿੱਚ, ਤੇਰੇ ਧਿਆਨ ਵਿੱਚ। ਅਜੇ ਕੀ ਆ ਕਿ ਜਿਵੇਂ ਇਸਤਰੀ ਔਰ ਪੁਰਸ਼ ਜਿੰਨਾ ਚਿਰ ਰਿਸ਼ਤਾ ਨਹੀਂ ਜੁੜਦਾ, ਲਾਵਾਂ ਫੇਰੇ ਨਹੀਂ ਹੁੰਦੇ, ਇਸਤਰੀ ਅਲੱਗ ਆ ਤੇ ਪੁਰਸ਼ ਅਲੱਗ ਆ, ਇਸੇ ਤਰ੍ਹਾਂ ਹੀ ਸਾਡੀ ਸੁਰਤ ਜਿਹੜੀ ਆ ਉਹ ਅਲੱਗ ਆ ਤੇ ਸ਼ਬਦ ਅਲੱਗ ਆ। ਚੌਥੀ ਅਵਸਥਾ ਤੱਕ ਸਾਡੀ ਸੁਰਤ ਅਲੱਗ ਆ ਤੇ ਸ਼ਬਦ ਅਲੱਗ ਆ। ਸੁਰਤ ਸਾਨੂੰ ਮੂਲ ਰੂਪ ਚ ਮਿਲੀ ਹੋਈ ਆ, ਸ਼ਬਦ ਜਿਹੜੇ ਆ ਸ਼ਬਦ ਜਿਹੜਾ ਸਾਨੂੰ ਪੰਜਾਂ ਪਿਆਰਿਆਂ ਤੋਂ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ ਤੇ ਉਹ ਸ਼ਬਦ ਪ੍ਰਾਪਤ ਹੋਣਾ। ਮੂਲ ਰੂਪ ਚ ਸਾਨੂੰ ਸੁਰਤ ਮਿਲੀ ਹੋਈ ਆ, ਜਦੋਂ ਗੁਰੂ ਧਾਰਨ ਕਰਦੇ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਤੇ ਪੰਜਾਂ ਪਿਆਰਿਆਂ ਤੋਂ ਸਾਨੂੰ ਗੁਰਮੰਤਰ ਦਿੱਤਾ ਜਾਂਦਾ ਵਾ, ਮੂਲ ਮੰਤਰ ਦਿੱਤਾ ਜਾਂਦਾ ਉਹ ਸ਼ਬਦ। ਅੱਜ ਅਸੀਂ ਜਪਦੇ ਤਾਂ ਹੈ ਪਰ ਸੁਰਤ ਅਲੱਗ ਆ, ਸ਼ਬਦ ਅਲੱਗ ਆ। ਜਦੋਂ ਸਹਿਜ ਅੰਦਰ ਆ ਜਾਵੇ ਚੌਥੀ ਅਵਸਥਾ ਦੇ ਵਿੱਚ, ਉੱਥੇ ਫਿਰ ਸੁਰਤ ਤੇ ਸ਼ਬਦ ਦਾ ਮੇਲ ਹੁੰਦਾ। ਜਿਵੇਂ ਇਸਤਰੀ ਔਰ ਪੁਰਸ਼ ਦੇ ਮਿਲਾਪ ਤੋਂ ਸੰਤਾਨ ਪੈਦਾ ਹੁੰਦੀ ਆ, ਸੁਰਤ ਤੇ ਸ਼ਬਦ ਦੇ ਮਿਲਾਪ ਤੋਂ ਬ੍ਰਹਮ ਗਿਆਨ ਪੈਦਾ ਹੁੰਦਾ। ਸੁਰਤ ਤੇ ਸ਼ਬਦ ਦੇ ਮਿਲਾਪ ਜਦੋਂ ਇੱਕ ਹੋ ਜਾਵੇ, ਸੁਰਤ ਤੇ ਸ਼ਬਦ ਦਾ ਕਨੈਕਸ਼ਨ ਜੁੜ ਜਾਵੇ, ਤਾਂ ਗੁਰੂ ਕੀ ਸੰਗਤ ਸੁਰਤ ਤੇ ਸ਼ਬਦ ਦੇ ਮਿਲਾਪ ਤੋਂ ਬ੍ਰਹਮ ਗਿਆਨ ਪੈਦਾ ਹੋਵੇ, ਉੱਥੇ ਸਹਿਜ ਵਰਤ ਜਾਂਦਾ, ਉੱਥੇ ਸੰਤੋਖ ਆ ਜਾਂਦਾ। ਦੇਹੇ ਨਾਮ ਸੰਤੋਖੀਆ ਉਪਰੇ ਮਨ ਕੀ ਭੁੱਖ, ਗੁਰੂ ਕੀ ਸੰਗਤ ਤੇ ਸਾਰੀਆਂ ਭੁੱਖਾਂ ਜਿਹੜੀਆਂ ਖਤਮ। ਸੰਤੋਖੀ ਤੇ ਕੇਵਲ ਇੱਕ ਨਿਰੰਕਾਰ, ਤੇ ਨਿਰੰਕਾਰ ਨੇ ਏਡੀ ਵੱਡੀ ਗੁਰਸਿੱਖ ਨੂੰ ਦਾਤ ਦੇ ਦਿੱਤੀ ਕਿ ਸ਼ਬਦ ਦੇ ਕੇ ਸੁਰਤ ਤੇ ਸ਼ਬਦ ਦਾ ਮੇਲ ਕਰ ਦਿੱਤਾ ਨਿਰੰਕਾਰ ਨੇ, ਗੁਰਸਿੱਖ ਦੇ ਅੰਦਰ ਸੰਤੋਖ ਪੈਦਾ ਹੋ ਗਿਆ, ਸੰਤੋਖੀ ਬਣ ਗਿਆ। ਜਦੋਂ ਸੁਰਤ ਤੇ ਸ਼ਬਦ ਦਾ ਮੇਲ ਹੋਇਆ ਤਾਂ ਗੁਰੂ ਕੀ ਸੰਗਤ ਉੱਥੇ ਨਿਰੰਕਾਰ ਆਪ ਸ਼ਾਖਿਆ ਜਿਹੜਾ ਉਹ ਸਾਹਮਣੇ ਪ੍ਰਗਟ ਹੋ ਗਿਆ, ਦਰਸ਼ਨ ਦਿੱਤੇ ਨਿਰੰਕਾਰ ਨੇ। ਇਸ ਜੀਵ ਰੂਪੀ ਇਸਤਰੀ ਨੇ ਉਸ ਸ਼ਬਦ ਰੂਪੀ ਪੁਰਸ਼ ਦਾ ਫਿਰ ਪੱਲਾ ਫਾਲਿਆ ਤੇ ਉਹਦੇ ਵਿੱਚ ਲੀਨ ਹੋ ਗਈ। ਸੁਰਤ ਸ਼ਬਦ ਦਾ ਜਦੋਂ ਮਿਲਾਪ ਹੁੰਦਾ ਬ੍ਰਹਮ ਗਿਆਨ ਪੈਦਾ ਹੁੰਦਾ,
ਤੇ ਬ੍ਰਹਮ ਗਿਆਨੀ ਆਪ ਨਿਰੰਕਾਰ ਨਿਰੰਕਾਰ ਤੇ ਬ੍ਰਹਮ ਗਿਆਨ ਦੇ ਵਿੱਚ ਕੋਈ ਅੰਤਰ ਨਹੀਂ ਉਹ ਪਰਮੇਸ਼ਰ ਸਰੂਪ ਹੋ ਜਾਂਦਾ ਇਹ ਚਾਰ ਨਾਮ ਦਾ ਟੋਕ ਮਾਤਰ ਜਿਹੜਾ ਭਾਵ ਆ ਗੁਰੂ ਕੀ ਸੰਗਤ ਪਹਿਲੀ ਨਾਮ ਦੇ ਵਿੱਚ ਮਹਾਰਾਜ ਨੇ ਕਰਮ ਦੀ ਪ੍ਰਵਿਰਤੀ ਦੀ ਤੇ ਨਾਮ ਦੀ ਗੱਲ ਕੀਤੀ ਆ ਦੂਸਰੀ ਲਾਂ ਦੇ ਵਿੱਚ ਮਹਾਰਾਜ ਨੇ ਅਨਹਦ ਸ਼ਬਦ ਦੀ ਗੱਲ ਕੀਤੀ ਆ ਤੇ ਤੀਸਰੀ ਲਾਂ ਦੇ ਵਿੱਚ ਮਹਾਰਾਜ ਨੇ ਵਿਰਾਗ ਦੀ ਗੱਲ ਕੀਤੀ ਆ ਚੌਥੀ ਲਾਂ ਦੇ ਵਿੱਚ ਮਹਾਰਾਜ ਨੇ ਸਹਿਜ ਜੀ ਤੇ ਮਿਲਾਪ ਦੀ ਗੱਲ ਕੀਤੀ ਆ ਗੁਰੂ ਕੀ ਸੰਗਤ ਤੇ ਚਾਰ ਲਾਵਾਂ ਦਾ ਸੰਦੇਸ਼ ਅੱਜ ਆਪਾਂ ਨੂੰ ਗੁਰੂ ਸਾਹਿਬਾਂ ਨੇ ਜਿੱਥੇ ਇਸ ਭਾਗ ਜੋੜੀ ਨੂੰ ਬਖਸ਼ਿਸ਼ ਕੀਤਾ ਤਾਂ ਗੁਰੂ ਕੀ ਸੰਗਤ ਉੱਥੇ ਸਮੁੱਚੇ ਜਿੰਨੇ ਗੁਰਸਿੱਖ ਆਏ ਆ ਉਹ ਸਾਰਿਆਂ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਵਾ ਸਾਰੇ ਸੰਸਾਰ ਨੂੰ ਉਪਦੇਸ਼ ਦਿੱਤਾ ਵਾ ਮਹਾਰਾਜ ਦੇ ਵਿਚਾਰ ਲਾਵਾਂ ਦੇ ਜਿਹੜੇ ਭਾਵ ਅਰਥ ਸੰਦੇਸ਼ ਔਰ ਇਹਨੂੰ ਆਪਾਂ ਹਿਰਦੇ 'ਚ ਵਸਾਈਏ ਸੁਰਤ ਦੇ ਸ਼ਬਦ ਦਾ ਮੇਲ ਕਰੀਏ ਤਾਂ ਗੁਰੂ ਕੀ ਸੰਗਤ ਉਹਦਾ ਮਿਲਾਪ ਕਰੀਏ ਨਿਰੰਕਾਰ ਦਾ ਤਾਂ ਹੀ ਆਪਣੀ ਸੰਸਾਰ ਦੀ ਆਈ ਯਾਤਰਾ ਸਫਲ ਆ ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਿੰਘ ਸਾਹਿਬ ਹਰਿਮੰਦਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਉਚੇਚੇ ਤੌਰ 'ਤੇ ਪਹੁੰਚੇ ਹੋਏ ਆ ਇਸੇ ਤਰ੍ਹਾਂ ਹੀ ਦਲ ਬਾਬਾ ਵਿਧੀ ਚੰਦ ਸੁਰ ਸਿੰਘ ਤੋਂ ਗੁਰੂ ਕੀ ਸੰਗਤ ਸੰਤ ਬਾਬਾ ਅਵਤਾਰ ਸਿੰਘ ਜੀ ਉਹਨਾਂ ਵੱਲੋਂ ਵੀ ਸੇਵਾਦਾਰ ਪਹੁੰਚੇ ਹੋਏ ਆ ਇਸੇ ਤਰ੍ਹਾਂ ਹੀ ਬਾਬਾ ਲਖਵੀਰ ਸਿੰਘ ਜੀ ਦੇ ਪਰਵਾੜੇ ਵਾਲੇ ਉਹ ਵੀ ਇੱਥੇ ਹਾਜ਼ਰੀਆਂ ਲਵਾ ਕੇ ਗਏ ਆ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਵੀ ਜਥੇਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਇੱਥੇ ਪਹੁੰਚੇ ਹੋਏ ਆ ਨਵੀਆਂਵਾਲ ਤੋਂ ਮਹਾਂਪੁਰਸ਼ ਪਹੁੰਚੇ ਹੋਏ ਆ ਬਾਬਾ ਸਾਰੇ ਹੀ ਸਤਿਕਾਰਯੋਗ ਤਾਂ ਗੁਰੂ ਕੀ ਸੰਗਤ ਬਾਬਾ ਗੁਰਬਚਨ ਸਿੰਘ ਜੀ ਉਹ ਵੀ ਚੇਚੇ ਤੌਰ 'ਤੇ ਇੱਥੇ ਹਾਜ਼ਰੀਆਂ ਲਵਾ ਰਹੇ ਆ ਇਸੇ ਤਰ੍ਹਾਂ ਇੱਕ ਤੋਂ ਇੱਕ ਝੰਡੀਆਂ ਵਾਲੀ ਗੱਲ ਆ ਗੁਰੂ ਕੀ ਸੰਗਤ ਸਾਰੇ ਹੀ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਜਿਨ੍ਹਾਂ 'ਤੇ ਬਹੁਤ ਵੱਡੀ ਕਿਰਪਾ ਕਥਾਵਾਚਕ ਉਹ ਵੀ ਇੱਥੇ ਪਹੁੰਚੇ ਹੋਏ ਆ ਸਾਰੇ ਜਿੰਨੇ ਜਥੇਬੰਦੀਆਂ ਜਿੰਨੀਆਂ ਸਭਾ ਸੈਣੀਆਂ ਔਰ ਜਿੰਨੇ ਕਵੀਸ਼ਰ ਜਨ ਕਥਾਵਾਚਕ ਜਾਂ ਜਿੰਨੇ ਵੀ ਜਥੇਬੰਦੀਆਂ ਆਈਆਂ ਗੁਰੂ ਕੀ ਸੰਗਤ ਸਾਰੀ ਸੰਗਤ ਦਾ ਧੰਨਵਾਦ ਸਰਦਾਰ ਮਹਿਲ ਸਿੰਘ ਜੀ ਤਾਂ ਸਿੰਘ ਸਾਹਿਬ ਭਾਈ ਸਰਦੂਲ ਸਿੰਘ ਜੀ ਦੋਵਾਂ ਪਰਿਵਾਰਾਂ ਦਾ ਆਪਸੀ ਦੀ ਪਿਆਰ ਬਣਿਆ ਰਿਸ਼ਤੇਦਾਰੀ ਬਣੀ ਮਹਾਰਾਜ ਚੜ੍ਹਦੀ ਕਲਾ ਕਰੇ ਸਮੁੱਚੀਆਂ ਸੰਗਤਾਂ ਨੂੰ ਇਸ ਮੌਕੇ 'ਤੇ ਵਧਾਈਆਂ ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਪਿਆਰ ਵਿੱਚ ਆਓ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਡੇ ਸਤਿਕਾਰਯੋਗ ਸੰਤ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਮੇਰੇ ਕੋਲ ਸ਼ਬਦ ਨੇ ਜਿਨ੍ਹਾਂ ਨੂੰ ਮੈਂ ਧੰਨਵਾਦ ਕਰਾਂ ਸਭੇ ਕਾਜ ਸੁਹਿਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਦੀਨ ਦੁਨੀਆਂ ਦੇ ਪਾਤਸ਼ਾਹ ਗੁਰ ਤਖਤੀ 'ਚ ਬਿਰਾਜਮਾਨ ਸਤਿਗੁਰੂ ਸਾਰੇ ਘਰੇ ਪੁਰਾਣੇ ਬੈਠ ਬੈਠ ਕੇ ਸਦੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੁਹਾਵਣਾ ਦਿਨ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਭਾਈ ਮਹਿਲ ਸਿੰਘ ਦੀ ਗੁਰੂ ਘਰ ਘਰ ਦੇ ਸੇਵਾਦਾਰ ਪਰਮੇਸ਼ਰ ਔਰ ਭਾਈ ਸਰਦੂਲ ਸਿੰਘ ਜੀ ਦੋਵਾਂ ਪਰਿਵਾਰਾਂ ਨੂੰ ਸਤਿਗੁਰਾਂ ਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਹਨ ਭਾਈ ਗੁਰਮੁਖ ਸਿੰਘ ਜੀ ਬੀਬੀ ਜਗਦੀਪ ਕੌਰ ਦਾ ਆਨੰਦ ਕਾਰਜ ਸੰਪੂਰਨ ਗੁਰਮਰਿਆਦਾ ਦੇ ਨਾਲ ਗੁਰੂ ਚਰਨਾਂ ਵਿੱਚ ਹੋਇਆ ਹੈ ਦਾਸ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਉਹਨਾਂ ਨੇ ਆਪ ਜੀ ਨੂੰ ਚਾਰ ਨਾਵਾਂ ਦਾ ਵਿਸਤਾਰ ਜਿਹੜਾ ਸੀ ਉਹ ਸੰਖੇਪ ਰੂਪ ਵਿੱਚ ਸੁਣਾਇਆ ਹੈ ਨਾਵਾਂ ਦਾ ਪਾਠ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬਾ ਹੈ ਆਪ ਜੀ ਸਵੇਰ ਤੋਂ ਲਗਾਤਾਰ ਗੁਰਬਾਣੀ ਕੀਰਤਨ ਔਰ ਨਾਵਾਂ ਦਾ ਪਾਠ ਜਵਲਦੀ ਟਕਸਾਲ ਦੇ ਵਿਦਿਆਰਥੀ ਜਿਨ੍ਹਾਂ ਦੇ ਬਾਣੀ ਸੰਤ ਬਾਬਾ ਸੁੱਚਾ ਸਿੰਘ ਜੀ ਉਹਨਾਂ ਵੱਲੋਂ ਇਹ ਤਨਜੀ ਸਾਜਾਂ ਦਾ ਵਿਦਿਆਲਾ ਹੈ ਉਹਦੇ 'ਤੇ ਉਹਨਾਂ ਨੇ ਬੜਾ ਸੋਹਣਾ ਕੀਰਤਨ ਕੀਤਾ ਹੈ
ਸਾਧ ਸੰਗਤ ਦੀ ਚਾਰ ਨਾਵਾਂ ਜਿਹੜੀਆਂ ਹਨ ਸਿੱਖ ਕੌਮ ਦਾ ਸਰਮਾਇਆ ਹਨ ਕਿਉਂਕਿ ਇਹ ਸਿੱਖ ਕੌਮ ਦੀ ਵਿਲੱਖਣ ਹੋਂਦ ਦਾ ਪ੍ਰਤੀਕ ਹਨ ਜਿਸ ਕੌਮ ਦੇ ਕੋਲ ਆਨੰਦ ਕਾਰਜ ਦਾ ਆਪਣਾ ਵਿਧੀ ਵਿਧਾਨ ਹੋਵੇ ਉਸ ਕੌਮ ਨੂੰ ਕੋਈ ਆਪਣੇ ਵਿੱਚ ਮਿਲਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਉਹਨੂੰ ਮਿਲਾਇਆ ਨਹੀਂ ਜਾ ਸਕਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਕੌਮੀ ਕਾਰਜ ਵੀ ਕੀਤਾ ਅਤੇ ਅਧਿਆਤਮ ਕਾਰਜ ਵੀ ਕੀਤਾ ਹੈ। ਦੋ ਤਿੰਨ ਨਾਂ ਨੇ ਉਹਨਾਂ ਦੀ ਵਿਚਾਰ ਕਰਕੇ ਮੈਂ ਸਮਾਪਤੀ ਕਰ ਦੇਣੀ ਹੈ। ਇੱਕ ਹੈ ਧਰਮ, ਇੱਕ ਪੰਥ ਹੈ ਅਤੇ ਇੱਕ ਕੌਮ ਹੈ। ਕੌਮ ਜਿਹੜਾ ਸ਼ਬਦ ਹੈ ਵੈਸੇ ਆਮ ਤੌਰ 'ਤੇ ਇੱਕੋ ਹੀ ਮੰਨਿਆ ਜਾਂਦਾ ਕਿ ਕੌਮ ਸਿੱਖ ਕੌਮ ਜਾਂ ਸਿੱਖ ਪੰਥ, ਪਰ ਇਹਨਾਂ ਦੇ ਵਿੱਚ ਵੀ ਫਰਕ ਹੈ। ਸਿੱਖ ਨੇ ਪੰਥ ਤੋਂ ਕੰਮ ਸ਼ੁਰੂ ਕਰਨਾ ਹੈ, ਕੌਮ ਤੱਕ ਜਾਣਾ ਹੈ ਅਤੇ ਕੌਮ ਤੋਂ ਧਰਮ ਤੱਕ ਜਾਣਾ ਹੈ। ਜਿਵੇਂ ਚਾਰ ਨਾਵਾਂ ਦੇ ਵਿੱਚ ਵੀ ਇੱਕ ਪਾਸੇ ਅਧਿਆਤਮਿਕ ਵਿਚਾਰ ਹੈ, ਇੱਕ ਪਾਸੇ ਨਾਵਾਂ ਜਿਹੜੀਆਂ ਨੇ ਸਾਡੇ ਸਮਾਜਿਕ ਸੰਸਾਰਿਕ ਵਿਆਹ ਦੇ ਕਾਰਜ ਦੇ ਵਿੱਚ ਦੋ ਜੀਆਂ ਦਾ ਆਪਸੀ ਮਿਲਾਪ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੁੰਦਾ ਹੈ, ਅਰਦਾਸ ਹੁੰਦੀ ਹੈ, ਬੇਨਤੀ ਹੁੰਦੀ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਫਿਰ ਪਰਿਵਾਰਾਂ ਨੂੰ ਸੁੱਖ ਸੁੱਖ ਦੀ ਦਾਤ ਬਖਸ਼ਦੇ। ਇਸੇ ਤਰ੍ਹਾਂ ਪੰਥ 'ਤੇ ਬਹੁਤ ਸਾਰੇ ਲੋਕ ਚੱਲ ਸਕਦੇ ਨੇ। ਪੰਥ ਰਾਹ ਨੂੰ ਕਹਿੰਦੇ ਨੇ, ਜਿਹੜਾ ਵੀ ਸਿੱਖ ਹੈ ਉਹ ਪੰਥਕ ਹੈ, ਰਾਹ 'ਤੇ ਤੁਰ ਰਿਹਾ, ਪਰ ਉਸ ਰਾਹ ਦੇ ਪ੍ਰਤੀ ਉਹ ਕਿੰਨਾ ਕੁ ਪੱਕਾ ਹੈ। ਜਦੋਂ ਉਹ ਆਪਣਾ ਸਿਰ ਲਾਉਣ ਵਾਸਤੇ ਤਿਆਰ ਹੋ ਜਾਂਦਾ ਅਤੇ ਉਦੋਂ ਉਹਨੂੰ ਕੌਮੀ ਕਹਿੰਦੇ ਨੇ। ਕੌਮ ਦਾ ਮਤਲਬ ਅੱਤ ਪਰਪੱਕ, ਅਤੇ ਕੌਮ ਦੇ ਵਿੱਚ ਪਹੁੰਚਿਆ ਹੋਇਆ ਹੈ ਦੂਜੀ ਅਵਸਥਾ ਹੈ ਪੰਥ ਦੀ, ਤੀਜੀ ਅਵਸਥਾ ਹੈ ਧਰਮ ਦੀ। ਧਰਮ ਦਾ ਮਤਲਬ ਹੈ ਪਰਮਾਤਮਾ ਦੇ ਵਿੱਚ ਲੀਨ ਹੋ ਜਾਣਾ। ਜਿਵੇਂ ਚਾਰ ਨਾਵਾਂ ਵਿੱਚ ਪਹਿਲੀ ਨਾਵ ਪ੍ਰਵਿਰਤੀ ਦੀ ਹੈ, ਦੂਸਰੀ ਨਿਰਮਲ ਭਾਉ ਦੀ ਹੈ, ਆਪੋ ਆਪਣੇ ਤਰੀਕੇ ਦੇ ਨਾਲ ਹੈ ਪਰਮਾਤਮਾ ਨੂੰ ਨੇੜੇ ਜਾਣਨਾ, ਉਹਦੇ ਭਾਉ ਵਿੱਚ ਰਹਿਣਾ। ਪਹਿਲੀ ਹੈ ਪ੍ਰਵਿਰਤੀ, ਯਾਨੀ ਕਿ ਕਰਮਾਂ ਨੂੰ ਸ਼ੁਭ ਕਰਨਾ, ਕਰਮਾਂ ਨੂੰ ਹੁਕਮ ਕਰਨਾ। ਤੀਜੀ ਹੈ ਵੈਰਾਗ ਦੀ, ਵੈਰਾਗ ਦਾ ਮਤਲਬ ਹੁੰਦਾ ਹੈ ਜਿਸ ਧਾਰਮਿਕ ਬੰਦੇ ਦੇ ਜੀਵਨ ਦੇ ਵਿੱਚ ਵੈਰਾਗ ਨਹੀਂ ਆਇਆ। ਵੈਰਾਗ ਇੱਕ ਸੈਂਟਰਲ ਪੁਆਇੰਟ ਹੈ, ਵਿਚਕਾਰ ਦੀ ਅਵਸਥਾ ਹੈ। ਵੈਰਾਗ 'ਤੇ ਜਾ ਕੇ, ਤੀਜੀ ਲਾਮ 'ਤੇ ਜਾ ਕੇ ਮਨੁੱਖ ਵਿਚਕਾਰ ਖੜਾ ਹੈ। ਇੱਕ ਪਾਸੇ ਸੰਸਾਰ ਹੈ, ਇੱਕ ਪਾਸੇ ਪਰਮਾਤਮਾ ਹੈ। ਉੱਧਰੋਂ ਸੰਸਾਰ ਖਿੱਚਦਾ, ਉੱਧਰੋਂ ਪਰਮਾਤਮਾ ਖਿੱਚਦਾ ਹੈ। ਜਿਵੇਂ ਬੱਚੀ ਦਾ ਆਨੰਦ ਕਾਰਜ ਹੋਇਆ, ਭਾਵੇਂ ਆਨੰਦ ਕਾਰਜ ਹੋ ਵੀ ਗਿਆ, ਪਰ ਜਿਹੜੇ ਘਰ ਦੇ ਵਿੱਚ ਇੰਨੇ ਸਾਲ ਬਚਪਨ ਤੋਂ ਲੈ ਕੇ ਰਹੀ ਗਿਆ, ਮਾਤਾ ਪਿਤਾ ਦੇ ਲਾਡ ਉਹਨੇ ਵੇਖ ਕੇ ਮਾੜੇ ਹਾਲ, ਛੋਟੇ ਹੁੰਦਿਆਂ ਜਿਸ ਘਰ ਦੀਆਂ ਕੰਧਾਂ, ਜਿਸ ਘਰ ਦਾ ਸਮਾਨ ਉਹਨੇ ਵੇਖਿਆ। ਇਹ ਸਾਧ ਸੰਗਤ ਜੀ ਇਹ ਬੜਾ ਵੱਡਾ ਇੱਕ ਇਹ ਇਸਤਰੀ ਸਰੀਰ ਦੇ ਵਿੱਚ, ਮਨ ਦੇ ਵਿੱਚ ਪਰਮੇਸ਼ਰ ਨੇ ਪਾਇਆ। ਘਰ ਛੱਡਣਾ ਕੋਈ ਸੌਖੀ ਗੱਲ ਨਹੀਂ ਹੁੰਦੀ, ਠੀਕ ਹੈ ਸੰਸਾਰ ਚੱਲਦਾ, ਪਰ ਜਿੱਥੇ ਬੰਦਾ ਸਾਰ ਆਪਣੀ ਜ਼ਿੰਦਗੀ ਦੇ 20-25 ਸਾਲ ਸ਼ੁਰੂ ਦੇ ਗੁਜ਼ਾਰੇ, ਉਹਨੂੰ ਛੱਡਣਾ ਸੌਖਾ ਨਹੀਂ। ਅਤੇ ਬਿਲਕੁਲ ਇਸੇ ਤਰ੍ਹਾਂ ਗੁਰੂ ਕੇ ਸਵਾਰਿਓ, ਰੱਬ ਦੇ ਘਰ ਵੱਲ ਜਦੋਂ ਜਾਈਏ ਤੇ ਉਦੋਂ ਸੰਸਾਰ ਨੂੰ ਵੀ ਛੱਡਣਾ ਸੌਖਾ ਨਹੀਂ। ਪਰਤ ਪਰਤ ਕੇ ਪਿੱਛੇ ਜਾਂਦਾ ਹੈ, ਪਰਤ ਪਰਤ ਕੇ ਮਨ ਵਾਪਸ ਚਲਾ ਜਾਂਦਾ ਹੈ, ਤੇ ਇਹ ਕਦਮ ਚੁੱਕਣਾ ਹੀ ਪੈਂਦਾ। ਅੱਗੇ ਘਰ ਤਾਂ ਹੀ ਵੱਸਦਾ ਜੇ ਪਿਛਲੇ ਘਰ ਦੇ ਨਾਲ ਮੋਹ ਘਟਾਇਆ ਜਾਏ, ਤੇ ਕੁਦਰਤੀ ਹੈ ਹੌਲੀ ਹੌਲੀ ਸਮੇਂ ਦੇ ਨਾਲ ਆਪੇ ਘਟ ਜਾਂਦਾ। ਨਾਮ ਜਪਣ ਵਾਲੇ ਨਾਲ ਵੀ ਇਸ ਤਰ੍ਹਾਂ ਹੁੰਦਾ, ਜਦੋਂ ਨਾਮ ਜਪਦਾ ਬੰਦਗੀ ਕਰਦਾ ਤੇ ਪਹਿਲਾਂ ਪਹਿਲਾਂ ਸੰਸਾਰ ਦਾ ਮੋਹ ਉਹਦੇ ਵਿੱਚ ਜ਼ਿਆਦਾ ਹੁੰਦਾ, ਹੌਲੀ ਹੌਲੀ ਜਿਉਂ ਜਿਉਂ ਜੀਵਨ ਧੁੱਪਦਾ ਜਾਂਦਾ ਹੈ, ਭਰੀ ਹੈ ਹੱਥ ਪੈਰ ਤਨ
ਹੁੰਦੇ ਨੇ ਪਾਣੀ ਧੋਤਾ ਉੱਤਰ ਸੁੱਕੇ ਮੂੰਹ ਪਲੀਤੀ ਕੱਪੜ ਹੋਏ ਤੇ ਸਾਬੂਨ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਤਾਂ ਜਿਉਂ ਜਿਉਂ ਸੰਸਾਰ ਦੀ ਜਿਹੜੀ ਅਟੈਚਮੈਂਟ ਹੈ ਉਹਦੇ ਵਿੱਚ ਕਮੀ ਆਉਂਦੀ ਹੈ ਤਿਉਂ ਤਿਉਂ ਜੀਵਨ ਨਿਰਭਉ ਹੋਣ ਲੱਗ ਪੈਂਦਾ ਉਹਦੇ ਵਿੱਚ ਦਵੈਤ ਜਿਹੜੀ ਦੁਬਦਾ ਹੈ ਪਿੱਛੇ ਦੀ ਤੇ ਅੱਗੇ ਦੀ ਪਰਮਾਤਮਾ ਦੀ ਖਿੱਚ ਉਹਦੇ ਵਿੱਚ ਵੱਧ ਜਾਂਦੀ ਉਹਨੂੰ ਵਿਰਾਗ ਕਹਿੰਦੇ ਨੇ ਤੀਜੀ ਲਾਮ ਵਿਰਾਗ ਦਾ ਮਤਲਬ ਹੈ ਸੰਸਾਰ ਦਾ ਤਿਆਗ ਤੇ ਪਰਮਾਤਮਾ ਦਾ ਪਿਆਰ ਇੱਕ ਧਿਰ ਦਾ ਤਿਆਗ ਕਰਨਾ ਦੂਜੀ ਧਿਰ ਨਾਲ ਪਿਆਰ ਕਰਨਾ ਤੇ ਸੱਚ ਜਾਣੋ ਜੇ ਇੱਕ ਸੰਸਾਰਕ ਜੋੜੀ ਦੇ ਵਿੱਚ ਸਿਆਣੇ ਕਹਿੰਦੇ ਨੇ ਅੱਜ ਸੰਸਾਰ ਦੇ ਵੀ ਸਭ ਤੋਂ ਵੱਡੀ ਲੋੜ ਜਿਹੜੀ ਹੈ ਉਹ ਪਰਿਵਾਰਾਂ ਦੇ ਆਪਸੀ ਇਤਫਾਕ ਦੀ ਹੈ ਆਪਸੀ ਏਕਤਾ ਦੀ ਹੈ ਸੰਸਾਰ ਦੇ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਕਿ ਸੰਸਾਰ ਵਿੱਚ ਝਗੜਾ ਕਿਉਂ ਹੈ ਸੰਸਾਰ ਦੇ ਵਿੱਚ ਵਾਦ ਵਿਵਾਦ ਕਿਉਂ ਹੈ ਸੰਸਾਰ ਦੇ ਵਿੱਚ ਤਲਾਕ ਕਿਉਂ ਨੇ ਪੱਛਮੀ ਦੇਸ਼ਾਂ ਦੇ ਵਿੱਚ ਕਿੰਨੇ ਤਲਾਕ ਨੇ ਉਹਦਾ ਅਸਰ ਹੁਣ ਇੱਧਰ ਵੀ ਪੈ ਰਿਹਾ ਉਹਦੀ ਜੜ ਵਿੱਚ ਜਾਓ ਤੇ ਉਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਨੇ ਬਾਬਾ ਫਰੀਦ ਸਾਹਿਬ ਜੀ ਦਿੰਦੇ ਹਨ ਉਹ ਕਹਿੰਦੇ ਜਿਹੜੇ ਪਿਆਰ ਦੇ ਵਿੱਚ ਲੋਭ ਹੋਵੇਗਾ ਉਹ ਪਿਆਰ ਸਿਰੇ ਨਹੀਂ ਚੜ ਸਕਦਾ ਲੋਭ ਦਾ ਮਤਲਬ ਇਹਦੇ ਵਿੱਚ ਬੰਦਾ ਵੀ ਜੇ ਤਾਂ ਸੁੱਖ ਹੈ ਫਿਰ ਤਾਂ ਪਤੀ ਚੰਗਾ ਲੱਗੇ ਪਤਨੀ ਚੰਗੀ ਲੱਗੇ ਤੇ ਜੇ ਕੋਈ ਜ਼ਿੰਦਗੀ ਦੇ ਵਿੱਚ ਜੀਵਨ ਹੈ ਕੋਈ ਨਾ ਕੋਈ ਰੁਕਾਵਟ ਵੀ ਆ ਜਾਂਦੀ ਹੈ ਮਹਾਰਾਜ ਦਾ ਉਪਦੇਸ਼ ਹੈ ਵੀ ਜਦੋਂ ਔਖਾ ਟਾਈਮ ਆਵੇ ਉਦੋਂ ਸੰਤੋਖ ਵਿੱਚ ਤੇ ਸਬਰ ਵਿੱਚ ਰਹਿਣਾ ਹੈ ਤੇ ਉਸ ਟਾਈਮ ਨੂੰ ਵੀ ਗੁਰੂ ਦੇ ਅੱਗੇ ਅਰਦਾਸ ਕਰਕੇ ਸੌਖਾ ਕੀਤਾ ਜਾ ਸਕਦਾ ਹੈ ਤੇ ਉਸ ਟਾਈਮ ਦੇ ਉੱਤੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਜਦੋਂ ਇਹ ਅਵਸਥਾ ਆਉਂਦੀ ਹੈ ਤਾਂ ਉਦੋਂ ਸਾਧ ਸੰਗਤ ਜੀ ਜੇ ਦੁਨੀਆਂ ਦੇ ਵਿੱਚ ਅੱਜ ਵੈਰ ਵਿਰੋਧ ਹੈ ਅੱਜ ਵੇਖੋ ਕੀ ਹੈ ਸਾਡੇ ਪੰਜਾਬ ਦੇ ਸਾਰੇ ਬੰਦੇ ਪਾਸਪੋਰਟ ਚੁੱਕੀ ਫਿਰਦੇ ਨੇ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਬਾਹਰ ਨਾ ਜਾਓ ਮੈਂ ਆਪ ਬਾਹਰ ਜਾਂਦਾ ਜਦੋਂ ਸਮਾਂ ਲੱਗਦਾ ਬਾਹਰ ਜਾਣਾ ਮਾੜਾ ਨਹੀਂ ਪਰ ਹੁਣ ਜਿਹੜੀ ਹਾਲਤ ਬਣ ਗਈ ਹੈ ਸਾਡੀ ਇਹਨੂੰ ਸੁਣੋ ਕਹਿੰਦੇ ਇੱਥੇ ਤਾਂ ਹੈ ਹੀ ਕੁਝ ਨਹੀਂ ਉਹ ਗੁਰੂ ਕੇ ਸਵਾਰੇ ਹੋ ਜਿੱਥੇ ਗੁਰੂ ਨਾਨਕ ਸਾਹਿਬ ਆਏ ਉਸ ਧਰਤੀ ਨੂੰ ਤੁਸੀਂ ਕਹਿੰਦੇ ਹੋ ਹੈ ਹੀ ਕੁਝ ਨਹੀਂ ਪਾਠ ਤੁਹਾਡਾ ਕੀ ਪੈਂਦਾ ਫਿਰ ਗੱਲ ਫਿਰ ਉਸ ਧਰਤੀ ਨੂੰ ਤੁਸੀਂ ਨਿੰਦਣ ਲੱਗ ਪਏ ਜਿੱਥੇ ਤੁਹਾਡਾ ਗੁਰੂ ਹੋਇਆ ਤੇ ਉੱਥੇ ਜਾ ਕੇ ਕੰਮ ਕਰਨਾ ਠੀਕ ਹੈ ਜਾਓ ਜਿਹਨਾਂ ਪਰਿਵਾਰ ਦੇ ਵਿੱਚ ਚਾਰ ਬੱਚੇ ਨੇ ਪਹਿਲੀ ਗੱਲ ਤੇ ਚਾਰ ਹੁੰਦੇ ਹੀ ਨਹੀਂ ਇਹ ਵੀ ਬੜਾ ਜ਼ਰੂਰੀ ਹੈ ਪਰਿਵਾਰ ਵੱਡੇ ਹੋਣ ਗੁਰਸਿੱਖਾਂ ਦੇ ਚਾਰ ਬੱਚੇ ਹੋਣ ਇੱਕ ਨੂੰ ਬਾਹਰ ਘੱਲ ਦਿਓ ਇੱਕ ਨੂੰ ਕਥਾਬਾਜੀ ਬਣਾ ਦਿਓ ਇੱਕ ਨੂੰ ਅਫਸਰ ਬਣਾ ਦਿਓ ਤੇ ਆਪੇ ਸੰਸਾਰ ਦੇ ਵਿੱਚ ਬੱਲੇ ਬੱਲੇ ਹੋ ਜਾਏ ਤੇ ਜੇ ਹੋਈ ਇੱਕ ਸਾਧ ਸੰਗਤ ਜੀ ਫਿਰ ਉਹਦਾ ਕਦੀ ਪੈਰ ਚੱਟ ਲਓ ਤੇ ਕਦੀ ਮੂੰਹ ਚੱਟ ਲਓ ਉਹਦਾ ਵਰਗੀ ਇਸ ਤਰ੍ਹਾਂ ਇਹ ਕਹਿਣਾ ਵੀ ਇੱਥੇ ਹੈ ਹੀ ਕੁਝ ਨਹੀਂ ਬੜੀ ਮਾੜੀ ਗੱਲ ਹੈ ਸਾਧ ਸੰਗਤ ਜੀ ਤੁਸੀਂ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਇਤਿਹਾਸ ਸੁਣਿਆ ਜਦੋਂ ਉਹਨਾਂ ਨੇ ਖਾਲਸਾ ਰਾਜ ਕੀਤਾ ਸੀ ਉਹਨਾਂ ਦੇ ਸਰੀਰ ਦੇ ਉੱਤੇ ਇਕੱਲੇ ਕਸ਼ਹਿਰੇ ਤੇ ਮੋਢੇ ਤੇ ਇੱਕ ਪਰਨਾ ਸੀ ਬਸ ਜਿਹਨਾਂ ਦੇ ਅੰਦਰ ਚੜ੍ਹਦੀ ਕਲਾ ਹੈ ਉਹਨਾਂ ਦੇ ਫਿਰ ਬਾਹਰ ਦੀਆਂ ਚੀਜ਼ਾਂ ਨਾਲ ਨਹੀਂ ਹੋ ਜਾਂਦੇ ਵੀ ਬਾਹਰੋਂ ਚੜ੍ਹਦੀ ਕਲਾ ਹੁੰਦੀ ਹੈ ਠੀਕ ਚਾਹੀਦੀਆਂ ਨੇ ਬਾਹਰ ਦੀਆਂ ਚੀਜ਼ਾਂ ਪਰ ਇਹ ਸਾਡੀ ਬਿਲਕੁਲ ਠੀਕ ਨਹੀਂ ਵਿਦੇਸ਼ ਵੀ ਜਾਣਾ ਹੈ ਗੁਰੂ ਸਾਹਿਬ ਨੇ ਵੀ ਕਿਹਾ ਵੀ ਵਪਾਰ ਕਰੋ ਵਿਦੇਸ਼ ਜਾਓ ਬਿਜ਼ਨਸ ਕਰੋ ਵਾਈ ਖੇਤੀ ਕਰੋ ਜੋ ਕਾਰਜ ਹੈ ਕਰੋ ਪਰ ਜੇ ਕਿਸੇ ਦਾ ਆਪਣਾ ਘਰ ਨਹੀਂ ਨਾ ਹੁੰਦਾ ਆਪਾਂ ਕਹਿੰਦੇ ਹਾਂ ਇਹ ਘਰ ਹੀ ਹੈ ਜਿਹੜਾ ਇਹਨੇ ਦੁਨੀਆਂ ਨੂੰ ਸੰਭਾਲ ਕੇ ਰੱਖਦਾ ਤੇ ਆਪਾਂ ਘਰ ਦੀ ਨਿੰਦਿਆ ਕਰਨ ਲੱਗ ਪਏ ਸੋ ਜਿਸ ਪਿਆਰ ਦੇ ਵਿੱਚ ਅੱਜ ਕਿਉਂ ਟੁੱਟ ਰਹੇ ਨੇ ਪਰਿਵਾਰ ਅੱਜ ਲੜਾਈ ਕਾਹਦੀ ਹੈ ਜਦੋਂ ਰਿਸ਼ਤਾ ਹੁੰਦਾ ਉਦੋਂ ਤਾਂ ਕਹਿੰਦੇ ਵੀ ਸਵਾ ਰੁਪਈਏ ਲੈਣਾ ਬਸ ਜਦੋਂ ਸ਼ੁਰੂ ਹੁੰਦਾ ਕੰਮ ਨਹੀਂ ਜੀ ਕੁਝ ਨਹੀਂ ਚਾਹੀਦਾ ਤੁਹਾਡਾ ਹੀ ਸਾਰਾ ਕੁਝ ਕੁਝ ਨਹੀਂ ਹੌਲੀ ਹੌਲੀ ਬਾਅਦ ਦੇ ਵਿੱਚ ਮੈਂ ਚੰਗੇ ਬੜੇ ਵੱਡੇ ਵੱਡੇ ਹੁਣ ਮੈਂ ਸ਼ਬਦ ਨਹੀਂ ਵਰਤ ਰਹੇ ਕਿਉਂਕਿ ਸਾਰੇ ਸ਼ਬਦਾਂ ਦੇ ਨਾਲ ਜੁੜੇ ਹੋਏ ਸਿੰਘ ਬੈਠੇ ਹੋਏ ਨੇ
ਵੱਡੇ ਵੱਡੇ ਕਾਰ ਸੇਵਾ ਵਾਲੇ ਵੱਡੇ ਵੱਡੇ ਜਥੇਦਾਰ ਫਲਾਣਾ ਜੀ ਕਹਿੰਦਾ ਕਾਰ ਛੋਟੀ ਆਈ ਹੈ, ਫਲਾਣਾ ਕਹਿੰਦਾ ਮੁੰਦਰੀ ਬਦਲੀ ਹੈ, ਕੋਈ ਕੁਝ ਕਹਿੰਦਾ। ਇਹ ਗੱਲਾਂ ਹੁੰਦੀਆਂ ਵਿੱਚੋਂ ਵਿੱਚ ਬਾਹਰ ਨਹੀਂ ਪ੍ਰਗਟ ਹੁੰਦੀਆਂ। ਜਿਸ ਪਿਆਰ ਦੇ ਵਿੱਚ ਲੋਕ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਾਨ ਲੱਭ ਤਾਂ ਨਹੀਂ ਹੋ ਗਿਆ, ਲੱਭ ਤਾਂ ਕੂੜਾ ਨਹੀਂ ਹੋ। ਜੇ ਲੋਭ ਕਰਕੇ ਪਿਆਰ ਹੈ ਤੇ ਝੂਠਾ ਹੈ ਕਦੇ ਨਹੀਂ ਨਿਭਣਾ, ਨਾ ਸਾਧੂ ਦਾ ਨਿਭਦਾ ਤੇ ਨਾ ਸੰਸਾਰੀਆਂ ਦਾ ਆਪਸ ਵਿੱਚ ਨਿਭਦਾ। ਸਾਧੂ ਵੀ ਜੇ ਲੋਭੀ ਹੋ ਕੇ ਭਗਤੀ ਕਰਦਾ ਨਾ ਵੀ ਮੈਨੂੰ ਆਹ ਬਣਾਦਾ ਰੱਬ, ਮੈਨੂੰ ਆਹ ਬਣਾਦਾ, ਪਿਆਰ ਉਹਦਾ ਵੀ ਸਿਰੇ ਨਹੀਂ ਚੜ੍ਹਦਾ, ਰਾਹ ਵਿੱਚ ਕਿਤੇ ਨਾ ਕਿਤੇ ਰਹਿ ਜਾਂਦਾ। ਜਾਂ ਲੱਭ ਤਾਂ ਨਹੀਂ ਹੋ ਗਿਆ, ਪਿਆਰ ਕਾਹਦਾ ਹੋਇਆ ਫਿਰ, ਲੱਭ ਤਾਂ ਕੂੜਾ ਨਹੀਂ ਹੋ। ਕਿੱਚਰ ਝੱਤ ਲੰਘਾਈ ਹੈ, ਛੱਪੜ ਟੁੱਟਾ ਮੈਂ ਹੋ। ਕਹਿੰਦੇ ਜੇ ਛੰਨ ਪਾਈ ਹੋਵੇ ਟੁੱਟੀ ਤੇ ਉੱਤੋਂ ਮੀਂਹ ਪੈਣ ਤੇ ਕਿੰਨਾ ਕੁਝ ਬਚੋਗੇ, ਮੀਂਹ ਵਿੱਚ ਉਹਦੇ ਪੈਣੇ ਪੈਣਾ। ਲੋਭ ਜੀਵਨ ਨੂੰ ਕਮਜ਼ੋਰ ਕਰਦਾ, ਵੱਡੇ ਵੱਡੇ ਲੋਕਾਂ ਨੂੰ ਕਮਜ਼ੋਰ ਕਰ ਦਿੰਦਾ। ਆ ਟਾਈਮ ਥੋੜ੍ਹਾ, ਮੈਂ ਮੈਨੂੰ ਗਿਆਨੀ ਜੀ ਨੇ ਭਾਈ ਸਾਹਿਬ ਨੇ ਪਹਿਲਾਂ ਹੀ ਗੱਲ ਹੀ ਕਹਿਤਾ, ਉਹਨਾਂ ਨੂੰ ਪਤਾ ਇਹਨਾਂ ਦੀ ਰੀਲਾਂ ਬੜੀਆਂ ਲੰਮੀਆਂ, ਵੀ ਕਿਤੇ ਛੁੱਟ ਪੈ ਤੇ ਨਾ ਤੈਨੂੰ ਕਹਿਣ ਜੋਗੇ ਵੀ ਬਸ ਕਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦੱਖਣ ਗਏ ਤੇ ਬਹਾਦਰ ਸ਼ਾਹ ਉਹਨਾਂ ਦੇ ਨਾਲ ਸੀ, ਤੇ ਬਹਾਦਰ ਸ਼ਾਹ ਜਦੋਂ ਗੁਰੂ ਸਾਹਿਬ ਦੇ ਅੱਗੇ ਆਉਂਦਾ ਸੀ ਨਾ, ਇਸ ਤਰ੍ਹਾਂ ਜਿਵੇਂ ਮਤਲਬ ਮੁਰਝਾਇਆ ਜਿਹਾ ਹੁੰਦਾ ਸੀ, ਹਰ ਇੱਕ ਨੂੰ ਰਾਜਿਆਂ ਨੂੰ ਤੇ ਜ਼ਿਆਦਾ ਹੀ ਹੁੰਦਾ ਵੀ ਥੋੜ੍ਹਾ ਜਿਹਾ ਸਰੀਰ ਚੰਗਾ ਹੋਵੇ, ਤੇ ਮਹਾਰਾਜ ਮਹਾਰਾਜ ਦਾ ਚਿਹਰਾ ਚਮਕਦਾ ਸੀ, ਮਹਾਰਾਜ ਦੇ ਦਰਸ਼ਨਾਂ ਦੇ ਵਿੱਚੋਂ ਤਾਜ਼ਗੀ ਆਉਂਦੀ ਸੀ, ਚੜ੍ਹਦੀ ਕਲਾ। ਇਕੱਲੇ ਰਹਿ ਗਏ ਸੰਤ, ਪਰਿਵਾਰਕ ਤੌਰ ਤੇ ਵੀ ਸਿੰਘ ਵੀ ਥੋੜ੍ਹੀ ਸਨ ਨਾਲ, ਉਸ ਦੇਸ਼ ਵਿੱਚ ਜਾ ਕੇ ਇਹ ਸ਼ਬਦ ਵੀ ਵੈਸੇ ਮੈਂ ਸਿਰਫ ਇਸ ਧਰਤੀ ਦੇ ਤੌਰ ਤੇ ਇਕੱਲੇ ਵਰਤ ਰਿਹਾ, ਗੁਰੂ ਸਾਹਿਬ ਕਦੀ ਇਕੱਲੇ ਨਹੀਂ ਹੋਏ। ਸਤ ਸੰਗਤ ਜੀ ਬਹਾਦਰ ਸ਼ਾਹ ਦਿਨ ਇਕੱਲੇ ਵੇਖ ਕੇ ਕਹਿੰਦਾ, ਮਹਾਰਾਜ ਤੁਸੀਂ ਖੁਰਾਕ ਕਾਹਦੀ ਖਾਂਦੇ ਹੋ, ਕੋਈ ਮੋਤੀ ਮਾਤੀ ਪੀਸ ਕੇ ਖਾਂਦੇ ਹੋ ਕਿ ਤੁਹਾਡਾ ਚਿਹਰਾ ਬੜਾ ਚਮਕਦਾ, ਮੈਨੂੰ ਵੀ ਦੱਸੋ, ਮੈਂ ਵੀ ਬਣਵਾ ਲਾ, ਮੇਰੇ ਕੋਲ ਹਕੀਮ ਬੜੇ ਨੇ। ਮਹਾਰਾਜ ਕਹਿੰਦੇ ਖਾਈ ਦੀ ਹੈ, ਇਹਦੇ ਵਿੱਚ ਖੁਰਾਕ ਖਾਈ ਦੀ, ਜੇ ਤੂੰ ਖਾਣੀ ਚਾਹੁੰਦਾ ਤੂੰ ਖਾਣੀ ਨਹੀਂ, ਵੈਸੇ ਇਹਦੇ ਕਿਹੜੀ ਖੁਰਾਕ ਹੈ, ਕਹਿੰਦੇ ਸਬਰ ਦੀ ਖੁਰਾਕ ਖਾਈਦੀ ਹੈ। ਸਬਰ ਦੀ ਖੁਰਾਕ ਦੇ ਨਾਲ ਕਦੀ ਬੰਦੇ ਦਾ ਨਾ ਸਰੀਰ ਬਿਮਾਰ ਹੁੰਦਾ ਤੇ ਨਾ ਮਨ ਢਹਿੰਦੀ ਕਲਾ ਪੈ ਜਾਂਦਾ। ਚੰਗੇ ਭਲੇ ਵੱਡੇ ਵੱਡੇ ਬੰਦੇ ਹੋਣਗੇ ਤੇ ਸਾਧ ਸੰਗਤ ਜੀ ਆਪਣੀ ਐਡੀ ਕੀਮਤੀ ਜ਼ਿੰਦਗੀ ਨੂੰ ਇੱਕ ਉਹ ਕਾਰ ਨਾਲ ਤੋਲ ਦੇਣਗੇ। ਹੁਣ ਤਾਂ ਮੈਂ ਵੀ ਸੁਣਿਆ ਕਿਤੇ ਛੱਲਿਆਂ ਦੇ ਗਾਣਾ, ਇੱਕ ਗੱਡੀ ਹੈ ਨਾ ਆਉਂਦੀ, ਉਹ ਛੱਲੇ ਲੱਗੇ ਹੁੰਦੇ ਇੱਕ ਦੋ ਤਿੰਨ ਤਰ੍ਹਾਂ ਦੀਆਂ ਗੱਡੀਆਂ, ਹੁਣ ਉਹ ਕਹਿੰਦੇ ਤਿੰਨ ਛੱਲਿਆਂ ਵਾਲੀ ਕਾਰ ਚਾਹੀਦੀ। ਜਦੋਂ ਬੰਦਾ ਲੋਭੀ ਹੁੰਦਾ ਪਿਆਰ ਨਹੀਂ ਲੱਭਦਾ। ਹਾਂ ਇਹ ਇੱਕ ਰਵਾਇਤ ਹੈ ਕਿ ਜਦੋਂ ਪਿਤਾ ਆਪਣੀ ਪੁੱਤਰੀ ਨੂੰ ਤੋੜਦਾ ਹੈ ਜਾਂ ਮਾਂ ਤੋੜਦੀ ਹੈ, ਪਿਆਰ ਦਾ ਇੱਕ ਇਜ਼ਹਾਰ ਹੁੰਦਾ। ਹੁਣ ਸਾਰੇ ਅਸੀਂ ਆਏ ਹਾਂ, ਅਸਾਂ ਵੀ ਆਪਣੇ ਵੱਲੋਂ ਕੱਪੜੇ ਤੇ ਦੁਕਾਨ ਤੋਂ ਫੇਰੇ ਮਿਲ ਜਾਂਦੇ, ਪਰ ਇੱਕ ਪਿਆਰ ਹੁੰਦਾ। ਜੋ ਪਿਆਰ ਨਾਲ ਪਿਤਾ ਦੇ ਉਹਨੂੰ ਸਤ ਕਰਕੇ ਮੰਨਣਾ, ਤੇ ਜਿਹੜਾ ਦਾਜ ਦਾ ਵਿਖਾਲਾ ਪਾਉਣਾ, ਗੁਰੂ ਸਾਹਿਬ ਕਹਿੰਦੇ ਮਨਮੁਖ ਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਰ, ਜੇ ਦਾਜ ਰੱਖ ਵਿਖਾਲਾ, ਜਿਹੜਾ ਰੱਖ ਕੇ ਸੱਦਾ ਦੇ ਕੇ ਸਾਦੇ ਵੀ ਬੁਲਾਓ ਕਿ ਇਹ ਸਾਰਾ ਗੁਰਮਤ ਦੇ ਉਲਟ ਹੈ। ਸੋ ਇਹ ਚੀਜ਼ਾਂ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀਆਂ ਨੇ। ਅੱਜ ਆਪ ਸਾਰੇ ਨਾਮ ਪਰ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਪਹੁੰਚੇ ਹੋ। ਭਾਈ ਬਹਿਲ ਸਿੰਘ ਜੀ ਨੇ ਔਰ ਉਹਨਾਂ ਦੇ ਸਪੁੱਤਰਾਂ ਨੇ, ਭਾਈ ਗੁਰਲਾਲ ਸਿੰਘ ਜੀ ਹੋਰ, ਉਹਨਾਂ ਨੇ ਬੜੀ ਕੌਮ ਦੀ ਇਹ ਕਹਿੰਦੇ ਵੀ ਸੇਵਾ ਕਾਹਦੀ ਹੁੰਦੀ ਹੈ, ਇਹ ਸੇਵਾ ਹੈ ਕਿ ਮਾਨਸਿਕ ਕੰਡੀਸ਼ਨ ਨੂੰ ਅਪ ਕਰਕੇ ਰੱਖਣਾ। ਬੰਦੇ ਦੀ ਕੌਮ ਦੀ ਜਿਹੜੀ ਮਾਨਸਿਕ ਸਥਿਤੀ ਹੈ ਨਾ, ਇੱਕ ਹੁੰਦਾ ਸਰੀਰ ਦੀ ਆਪਾਂ ਵਾਹੀ ਕਰ ਰਹੇ ਹਾਂ, ਸਰੀਰ ਵਾਸਤੇ ਕੁਝ ਪੈਦਾ ਕਰ ਰਹੇ ਹਾਂ, ਉਹ ਚੀਜ਼ ਹੈ। ਇਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ, ਜਿਹੜੀਆਂ ਇਹਨਾਂ ਨੇ ਕਵਿਤਾਵਾਂ ਗਾਈਆਂ ਨੇ, ਛੋਟੀ ਉਮਰ ਤੋਂ ਲੈ ਕੇ ਲੱਗੇ ਨੇ, ਗੁਰੂ ਸਾਹਿਬ ਨੇ ਸਿੱਖੀ ਬਖਸ਼ੀ ਹੈ, ਮਹਾਰਾਜ ਇਹਨਾਂ ਨੂੰ ਬਖਸ਼ਿਸ਼ ਕਰਨ,
ਗੁਰ ਇਸੇ ਤਰ੍ਹਾਂ ਸਿੱਖੀ ਤੇ ਪ੍ਰਚਾਰ ਦੀ ਦਾਤ ਜਿਹੜੀ ਹੈ ਇਹਦੀ ਬੜੀ ਲੋੜ ਹੈ ਤੇ ਸ਼ੁੱਧ ਪ੍ਰਚਾਰ ਦੀ ਲੋੜ ਹੈ ਸੋ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਸਮਾਂ ਕਾਫੀ ਹੋ ਚੁੱਕਾ ਹੈ ਇਸ ਕਰਕੇ ਮੈਂ ਵੱਧ ਨਹੀਂ ਟਾਈਮ ਲਵਾਂਗਾ ਸਾਰੇ ਸਿੰਘ ਗੁਰੂ ਕੇ ਸਿੰਘ ਸੰਤ ਜਾਨਾਂ ਭਾਈ ਪਿੱਪਲ ਸਿੰਘ ਜੀ ਅਮਰ ਸੰਚਾਰ ਜਥਾ ਬਾਬਾ ਮੇਹਰ ਸਿੰਘ ਜੀ ਨਵੀਆਂਬਾਦ ਵਾਲੇ ਹੋਰ ਗੁਰਸਿੱਖ ਭਾਈ ਬਰਿਆਮ ਸਿੰਘ ਜੀ ਸ਼ਹੀਦ ਭਾਈ ਸਰਬੰਸ ਸਿੰਘ ਜੀ ਦੇ ਭਰਾ ਇਸ ਤਰ੍ਹਾਂ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਸਾਰਿਆਂ ਦਾ ਆਉਣ ਤੇ ਧੰਨਵਾਦ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ ਇਹਦੇ ਵਿੱਚ ਬੱਚੀ ਨੂੰ ਜਿਹੜੀ ਦਾਤ ਦਿੱਤੀ ਹੈ ਇਹਦੇ ਵਿੱਚ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ 500 ਘੰਟੇ ਦੀ ਕਥਾ ਹੈ ਅਤੇ ਇਹਨਾਂ ਬੱਚਿਆਂ ਨੂੰ ਬੇਨਤੀ ਹੈ ਵੀ ਸਿੱਖਿਆ ਹੋਰ ਸਾਡੇ ਕੋਲ ਤਾਂ ਇਸ ਤੋਂ ਵੱਧ ਕੋਈ ਹੈ ਨਹੀਂ ਇਹਨੂੰ ਰੋਜ਼ ਇੱਕ ਘੰਟਾ ਸੁਣਦੇ ਰਿਹਾ ਜੇ ਅਤੇ ਸਾਲ ਵਿੱਚ 2 ਸਾਲਾਂ ਵਿੱਚ ਇੱਕ ਵਾਰੀ ਰਿਪੀਟ ਹੋਏਗੀ ਜੇ ਘੰਟਾ ਰੋਜ਼ ਸੁਣਨ ਅਤੇ ਨਾਲ ਆਪਣਾ ਘਰ ਦਾ ਕਾਰਜ ਕੰਮ ਕਾਰ ਕਰਕੇ ਜੀਵਨ ਸਫਲ ਕਰੀਏ ਤੁਹਾਡਾ ਦੀ ਖਿਮਾ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਅਮਰਜੀਤ ਸਿੰਘ ਨੂੰ ਆਪਾਂ ਬਾਅਦ ਵਿੱਚ ਕਰਨਾ ਚਾਹੁੰਦੇ ਭਚੰਡੀ ਸਿੰਘ ਦੇ ਮੈਨੂੰ ਪਤਾ ਲੱਗਾ ਹੈ ਪਿਛਲੇ ਦਿਨੀ ਥੋੜ੍ਹੀ ਜਿਹੀ ਕੋਈ ਸਮੱਸਿਆ ਦੇ ਕਰਕੇ ਬੈਠਾ ਨਹੀਂ ਜਾਂਦਾ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਸਤਿਗੁਰੂ ਕਿਰਪਾ ਕਰਨ ਸਾਰੇ ਆਪਾਂ ਜਿਹੜੇ ਕਾਰਜ ਨੇ ਉਹ ਗੁਰੂ ਦੀ ਕਿਰਪਾ ਨਾਲ ਆਪ ਨੇ ਕਿਹਾ ਵੀ ਸੰਤੋਖ ਸਿੰਘ ਜੀ ਸਾਡੇ ਸਤਿਕਾਰਯੋਗ ਬਾਬਾ ਗੁਰਭਜਨ ਸਿੰਘ ਸਾਹਿਬ ਜਸੋਰ ਸਿੰਘ ਵਾਲੇ ਉਹਨਾਂ ਦੀ ਤਰਫੋਂ ਸਟੇਜ ਤੋਂ ਸਾਂਝੇ ਹੋਣਗੇ ਗਿਆਨੀ ਸੰਤੋਖ ਸਿੰਘ ਜੀ ਗੁਣਾਂ ਨੂੰ ਬੇਨਤੀ ਕਰਦਾ ਹੈ ਤਰਫੋਂ ਉਸ ਪੂਰੇ ਪਰਿਵਾਰ ਦੀ ਤਰਫੋਂ ਨਾਲ ਨਾਲ ਜਿੰਨੇ ਭਗਵੰਤੇ ਆਏ ਨੇ ਗਿਆਨੀ ਹਰਪ੍ਰੀਤ ਸਿੰਘ ਮਾਕੂ ਇੰਦਰਜੀਤ ਸਿੰਘ ਜੀ ਚੇਅਰਮੈਨ ਸਾਹਿਬ ਆਈ ਟੀ ਕਾਲਜ ਭਗਵਾਨਪੁਰਾ ਉਹ ਵੀ ਵਿਸ਼ੇਸ਼ ਤੌਰ 'ਤੇ ਆਏ ਜਿਸ ਕਾਲਜ ਵਿੱਚ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਗਵਰਨਮੈਂਟ ਸਾਹਿਬ ਦੇ ਭਾਈ ਦਾਰ ਸਿੰਘ ਜੀ ਭਾਈ ਭਾਗ ਸਿੰਘ ਜੀ ਔਰ ਸਮੂਹ ਸਿੰਘ ਸਾਰਿਆਂ ਦਾ ਦਿਲਾਂ ਦੀ ਧੜਕਣ ਆਏ ਇਹ ਢਾਡੀ ਜਥਾ ਉਹਨਾਂ ਦਾ ਪਰਿਵਾਰ ਵੱਲੋਂ ਗਿਆਨੀ ਜੀ ਹੁਣਾਂ ਨੂੰ ਸਤਿਕਾਰ ਹੈ ਬੋਲੇ ਈਸ਼ਵਰ ਨਿਹਾਲ ਗਿਆਨੀ ਸੰਤੋਖ ਸਿੰਘ ਸਾਹਿਬ ਜੀ ਉਹ ਸਟੇਜ 'ਤੇ ਹਾਜ਼ਰ ਨੇ ਅੱਜ ਤੋਂ 2 ਮਿੰਟ ਵਾਸਤੇ ਆਪ ਜੀ ਦੇ ਦਰਸ਼ਨ ਕਰਨਗੇ ਔਰ ਆਪਣੇ ਵਿਚਾਰ ਰੱਖਣਗੇ ਜੀ ਧੰਨਵਾਦ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਗੁਰੀ ਬਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬਾਂ ਦੀ ਪਰਪੂਰੀ ਹਾਜ਼ਰੀ ਅੰਦਰ ਸੁਭਾਇਮਾਨ ਸਰਬੱਤ ਮਾਈ ਭਾਈ ਗੁਰੂ ਖਾਲਸਾ ਸਾਧ ਸੰਗਤ ਜੀ ਪਿਆਰ ਭਾਵਨਾ ਸਾਹਿਬਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਲਹਿਰ ਸਿੰਘ ਜੀ ਇਹਨਾਂ ਦੀ ਸਪੁੱਤਰੀ ਸਤਿਕਾਰਯੋਗ ਬੀਬੀ ਜਗਦੀਸ਼ ਕੌਰ ਉਹਨਾਂ ਦੇ ਆਨੰਦ ਕਾਰਜ ਸਤਿਗੁਰੂ ਸਾਹਿਬਾਂ ਦੀ ਪਾਵਨ ਹਾਜ਼ਰੀ ਅੰਦਰ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਉਹਨਾਂ ਦੇ ਨਾਲ ਗੁਰੂ ਸਾਹਿਬ ਜੀ ਕੋਲੋਂ ਆਗਿਆ ਲੈ ਕੇ ਬੜਾ ਆਰੰਭ ਹੋਏ ਸਤਿਗੁਰੂ ਦੀ ਕਿਰਪਾ ਸਦਕਾਰ ਨਿਰੰਤਰ ਸਹਿਤ ਸੰਪੂਰਨਤਾ ਹੀ ਹੋਈ ਹੈ ਅੱਜ ਦੇ ਸਮੇਂ ਜਿੱਥੇ ਬੇਅੰਤ ਆਪ ਭਾਈ ਭਾਈ ਸਿੱਖ ਸੰਗਤਾਂ ਹਾਜ਼ਰੀ ਭਰ ਰਹੇ ਹੋ ਪੰਥ ਦੀਆਂ ਮਹਾਨ ਸ਼ਖਸੀਅਤਾਂ ਵਿਦਵਾਨ ਜਨ ਮਹਾਂਪੁਰਖ ਮਹਾਤਮਾ ਜਨ ਪਹੁੰਚੇ ਹਨ ਉੱਥੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨਾਂ ਸਤਿਗੁਰਾਂ ਦੇ ਦਰੋਂ ਘਰੋਂ ਵਰਸਾਏ ਮਹਾਨ ਅਸਤੀ ਤਤ ਬੇਤੇ ਬ੍ਰਹਮ ਗਿਆਨੀ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਬਾਬਾ ਜੀ ਦੀ ਅੰਸ ਵੰਸ ਦੇ ਸਤਿਕਾਰਯੋਗ ਮਹਾਂਪੁਰਖ ਬਾਬਾ ਜੀ ਬਾਬਾ ਗੁਰਬਚਨ ਸਿੰਘ ਜੀ ਸੁਰ ਸਿੰਘ ਵਾਲੇ ਉਹਨਾਂ ਮਹਾਂਪੁਰਖਾਂ ਦੇ ਨਾਲ ਬਾਬਾ ਵਿਧੀ ਚੰਦ ਸਾਹਿਬ ਜੀ ਦੀ ਸੰਪਰਦਾ ਦੇ ਨਾਲ ਸਤਿਕਾਰਯੋਗ ਗਿਆਨੀ ਜੀ ਔਰ ਇਸੇ ਤਰ੍ਹਾਂ ਭਾਈ ਜੁਗਰਾਜ ਸਿੰਘ ਜੀ ਭਾਈ ਗੁਰਲਾਲ ਸਿੰਘ ਪੰਥ ਦੇ ਮਹਾਨ ਕਮਿਸ਼ਨਰ ਉਹਨਾਂ ਦਾ ਗੁਰਸਿੱਖੀ ਨਾਲ ਤੇ ਬਹੁਤ ਜ਼ਿਆਦਾ ਨੇੜਤਾ ਦਾ ਪ੍ਰੇਮ ਪਿਆਰ ਬੜੇ ਲੰਬੇ ਸਮੇਂ ਤੋਂ ਹੀ ਮਹਾਂਪੁਰਖਾਂ ਨੂੰ ਉਹਨਾਂ ਨੇ ਪਿਆਰ ਸੁਨੇਹ ਦਾ ਸੱਦਾ ਭੇਜਿਆ ਸੀ ਬਾਬਾ ਜੀ ਅੱਜ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਨਗਰ ਸੁਰ ਸਿੰਘ ਤੋਂ ਜਪ ਕਰਕੇ ਇਸ ਆਨੰਦ ਕਾਰਜ ਦੇ ਮਹਾਨ ਸਮਾਗਮ ਵਿੱਚ ਹਾਜ਼ਰ ਹੋਏ ਹਨ ਸਾਰੇ ਜਥੇ ਸਵੇਰ ਗੁਰੂ
ਗੁਰੂ ਸਾਹਿਬ ਜੀ ਨੇ ਵੀ ਗ੍ਰਿਸਤ ਮਾਰਗ ਦੀ ਬਹੁਤ ਵੱਡੀ ਮਹਾਨਤਾ ਦਰਸਾਈ ਹੈ। ਆਪਾਂ ਆਪ ਗਿਆਤ ਰੱਖਦੇ ਹਾਂ ਸਾਰੇ ਗੁਰੂ ਸਾਹਿਬ ਮਹਾਰਾਜ ਜਿੱਥੇ ਆਪ ਗ੍ਰਿਸਤ ਮਾਰਗ ਨੂੰ ਧਾਰਨ ਕੀਤਾ ਉੱਥੇ ਗੁਰੂ ਘਰ ਦੇ ਮਹਾਨ ਵੇਦ ਵਿਆਸ ਸਤਿਕਾਰਯੋਗ ਭਾਈ ਗੁਰਦਾਸ ਜੀ ਉਹਨਾਂ ਨੇ ਵੀ ਆਪਣੇ ਮੁਬਾਰਕ ਵਚਨ ਜੋ ਵਾਰਾਂ ਦੇ ਰਾਹੀਂ ਕਵਿਤਾ ਦੇ ਰਾਹੀਂ ਸਵਈਆਂ ਦੇ ਰਾਹੀਂ ਸਾਰੇ ਮਾਨਤਾ ਵਾਸਤੇ ਭਲੇ ਵਾਸਤੇ ਰੱਖੇ ਹਨ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੂੰਜੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਉਹਨਾਂ ਨੇ ਵੀ ਆਪਣੇ ਵਚਨਾਂ ਵਿੱਚ ਇਹ ਦਰਸਾਇਆ ਹੈ ਕਿ ਜੈਸੇ ਸਰ ਸਰਤਾ ਮੈਂ ਸਮੁੰਦਰ ਵੜੋ ਮੇਰ ਮੈਂ ਸੁਮੇਰ ਵੜੋ ਜਗਤ ਬਖਾਣ ਹੈ ਸੰਸਾਰ ਦੇ ਸੰਗਤ ਜੀ ਬੜੀਆਂ ਨਦੀਆਂ ਚੱਲਦੀਆਂ ਬੜੇ ਨਾਲੇ ਚੱਲਦੇ ਹੈ ਬੜੇ ਦਰਿਆ ਚੱਲਦੇ ਹੈ ਪਰ ਸਭ ਦਰਿਆਵਾਂ ਵਿੱਚੋਂ ਨਦੀਆਂ ਵਿੱਚੋਂ ਜਿਹੜਾ ਮਹਾਨ ਉਸਨੂੰ ਸਮੁੰਦਰ ਕਿਹਾ ਜਾਂਦਾ ਹੈ ਕਿਉਂਕਿ ਸਮੁੰਦਰ ਦੇ ਵਿੱਚ ਜਾ ਕਰਕੇ ਸਭ ਨਦੀਆਂ ਨਦੀਆਂ ਅਤੇ ਨਾਲੇ ਦਰਿਆ ਪੈ ਜਾਂਦੇ ਹੈ ਜਿਹੜੀ ਵੀ ਬੂੰਦ ਸਮੁੰਦਰ ਤੋਂ ਵਿਛੜਦੀ ਹੈ ਇੱਕ ਦਿਨ ਯਾਤਰਾ ਕਰਕੇ ਫਿਰ ਸਮੁੰਦਰ ਵਿੱਚ ਲੀਨ ਹੋ ਜਾਂਦੀ ਹੈ ਸਤਿਗੁਰੂ ਨੇ ਵੀ ਗੁਰਬਾਣੀ 'ਚ ਦਰਸਾਇਆ ਅਸੀਂ ਆਤਮਾ ਹੈ ਇੱਕ ਬੂੰਦ ਦੀ ਤਰ੍ਹਾਂ ਹੈ ਪਰਮਾਤਮਾ ਇੱਕ ਮਹਾਨ ਸਾਗਰ ਹੈ ਇਹ ਬੂੰਦ ਕਈ ਜਨਮਾਂ ਦੀ ਪਰਮਾਤਮਾ ਤੋਂ ਵਿਛੜੀ ਹੈ ਪਰ ਜਦੋਂ ਬੂੰਦ ਨਾਮ ਦਾ ਵਿਆਸ ਕਰਕੇ ਗੁਰੂ ਦੇ ਸ਼ਬਦ ਨਾਲ ਸੁਰਤ ਜੋੜ ਕੇ ਉਸ ਅਕਾਲ ਪੁਰਖ ਵਿੱਚ ਵਲੀਨ ਹੁੰਦੀ ਹੈ ਫਿਰ ਇਹ ਬੂੰਦ ਨਹੀਂ ਰਹਿੰਦੀ ਇਹ ਪਰਮਾਤਮਾ ਦਾ ਸਰੂਪ ਹੋ ਜਾਂਦੀ ਹੈ ਇਹ ਮਾਣ ਮਿਲਿਆ ਬਾਬਾ ਬਿਧੀ ਚੰਦ ਸਾਹਿਬ ਜੀ ਜਦੋਂ ਆਪਾਂ ਬਾਬਾ ਜੀ ਬਾਰੇ ਇਤਿਹਾਸ ਪੜ੍ਹਦੇ ਤੇ ਸ਼ਬਦ ਪੜ੍ਹਦੇ ਬਿਧੀ ਚੰਦ ਸੀਨਾ ਗੁਰੂ ਦਾ ਸੀਨਾ ਭਾਵ ਸੀਨਾ ਗੁਰੂ ਦਾ ਰੂਪ ਹੋ ਗਿਆ ਬੂੰਦ ਸਾਗਰ ਵਿੱਚ ਮਿਲ ਗਈ ਇਹਨੂੰ ਦੱਸੋ ਬਾਣੀ ਵਿੱਚ ਪਾਰ ਕਹਿੰਦੇ ਹਰ ਹਰ ਜਣ ਦੂਈ ਏਕ ਹੈ ਬੇ ਵਿਚਾਰ ਕਸ਼ਨਾਏ ਚੜ੍ਹਦੇ ਉੱਚ ਤਰੰਗ ਜਿਵੇਂ ਚੱਲ ਰਹੀ ਵਿਖੇ ਸਮਾਜ ਸਤਿਗੁਰੂ ਸਾਹਿਬ ਜੀ ਇਸ ਨੂੰ ਇਹਨੇ ਕਹਿੰਦੇ ਧਨ ਮੇਰੇ ਨਾਥੀਨ ਬੈਠ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਮੇਰ ਕਹੀਏ ਸੱਚੇ ਪਾਤਸ਼ਾਹ ਮਾਰਗ ਨੇ ਜਿਹੜੀ ਜੋਤ ਪਰਮਾਤਮਾ 'ਚ ਗਰੀਨ ਹੋ ਜਾਵੇ ਉਹਦੇ 'ਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਬਾਬਾ ਕਬੀਰ ਜੀ ਨੇ ਕਹਿਤਾ ਕਬੀਰ ਸੰਤਾਂ ਕੋ ਮਤ ਕੋਈ ਨਿੰਦੂ ਸੰਤ ਰਾਮ ਹੈ ਇੱਕ ਇਹ ਅਵਸਥਾ ਬਾਬਾ ਬਿਧੀ ਚੰਦ ਸਾਹਿਬ ਨੇ ਮਹਾਨ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਮਹਾਨ ਬੰਦਗੀ ਕਰਕੇ ਸਿਮਰਨ ਕਰਕੇ ਗੁਰੂ ਦੇ ਹੁਕਮ ਨੂੰ ਗਵਾ ਕੇ ਪ੍ਰਾਪਤ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਾਰ ਨੇ ਪ੍ਰਸੰਨ ਹੋ ਕੇ ਵਰਾਂ ਦੀਆਂ ਝੜੀਆਂ ਲਾ ਕੇ ਕਿਹਾ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਸਰਬ ਵਿਕਾਰਕ ਤੇ ਉਰਹੀਨਾ ਹਮਰੇ ਉਰ ਆਨੰਦ ਤੋਂ ਦੀਨਾ ਦੁਸ਼ਕਰ ਕਾਮ ਸੁਰਮ ਕਰ ਲੀਨਾ ਗੁਰ ਸੇਵਾ ਮੈਂ ਸਮਰਥ ਪ੍ਰਵੀਨਾ ਇਸ ਕੇ ਸੰਸਰ ਅਮਰ ਨਾ ਜੀਨਾ ਸਭ ਕੋ ਮਨ ਵਿਸਮਾਵਣ ਕੀਨਾ ਕਹੇ ਕਹਾਂ ਲਗ ਤੁਹੇ ਵਡਾਈ ਅਤ ਚਾਤਰ ਚੱਜ ਜੋ ਜਾਈ ਛਲੇ ਸ਼ਾਹ ਜਿਤ ਬੁਰਖ ਧਨੇਰੇ ਅਚਰਜ ਲਖੇ ਜਾਏ ਨਾ ਕਿਆ ਬਾਬਾ ਬਿਧੀ ਚੰਦ ਸਾਹਿਬ ਜੀ ਇਹਦੇ ਵਰਗਾ ਸਾਨੂੰ ਹੋਰ ਕੋਈ ਸਿੱਖ ਨਜ਼ਰ ਨਹੀਂ ਆਉਂਦਾ ਇੰਨੀ ਮਹਾਨਤਾ ਨਾਲ ਸੇਵਾ ਕੀਤੀ ਭਾਵੇਂ ਦਰਿਆ ਨਦੀਆਂ ਬਹੁਤ ਚੱਲਦੇ ਸਮੁੰਦਰ ਸਭ ਤੋਂ ਮਹਾਨ ਹੈ ਮੇਰ ਮੈਂ ਸੁਮੇਰ ਬੜੋ ਜਗਤ ਬਖਾਣ ਹੈ ਪਹਾੜੀਆਂ ਬਣੀਆਂ ਪਰਬਤ ਬੜੇ ਨੇ ਪਰ ਸੁਮੇਰ ਪਰਬਤ ਦੀ ਮਹਾਨਤਾ ਸਭ ਤੋਂ ਵੱਡੀ ਹੈ ਸਭ ਸਿੱਧ ਜੋਗੀ ਉਹ ਸੁਮੇਰ ਪਰਬਤ ਤੇ ਜਾ ਕੇ ਬੈਠੇ ਸੀ ਗੁਰੂ ਨਾਨਕ ਸਾਹਿਬ ਉਹਨਾਂ ਕੋਲ ਪਹੁੰਚੇ ਉਹਨਾਂ ਕਿਹਾ ਸੀ ਤੇ ਬੜੀਆਂ ਸਿੱਧੀਆਂ ਪ੍ਰਾਪਤ ਕਰਕੇ ਪਹੁੰਚੇ ਤੁਸੀਂ ਕਿਵੇਂ ਆਏ ਕਿਹੜੀ ਤਾਕਤ ਲਿਆਈ ਗੁਰੂ ਨੇ ਕਿਹਾ ਉਹ ਤਾਕਤ ਸ਼ਬਦ ਦੀ ਹੈ ਸ਼ਬਦ ਦੀ ਤਾਕਤ ਨਾਲ ਮਨੁੱਖ ਉਹ ਉੱਚੀ ਪਦਵੀ ਪ੍ਰਾਪਤ ਕਰ ਸਕਦਾ ਹੈ ਜਿਸ ਵਿੱਚ ਆਤਮਾ ਪਰਮਾਤਮਾ ਦਾ ਸਰੂਪ ਹੋ ਜਾਏ ਚਲੋ ਸਮਾਂ ਨਹੀਂ ਪਰਬਤ ਵੇਖੇ ਚੰਦਰ ਬਿਰਹੇ ਅਗਰ ਕੋਈ ਸੰਸਾਰ ਤੇ ਸੰਤ ਹੋਵੇਗਾ ਉਹਨੂੰ ਕਰੋੜਾਂ ਅਸੰਤ ਮਨਮੁਖ ਸਾਖਤ ਵੀ ਕਹਿੰਦਾ ਉਹ ਆਪਣਾ ਸੰਤ ਗੁਣਾ ਕਦੇ ਵਾਸਤੇ ਨਹੀਂ ਛੱਡਦਾ ਬਾਬਾ ਜੀ ਨੇ ਬਾਣੀ 'ਚ ਕਿਹਾ ਹੈ ਕਬੀਰ ਸੰਤ ਨਾ ਛੱਡੇ ਸੰਤ ਹੀ ਜੋ ਕੋਟਕ ਮਿਲੇ ਅਸੰਤ ਮਰਿਆ ਕਰ ਅੰਦਰ ਬੇਟਿਓ ਤਾਂ ਸੀਤਲਤਾ ਨਾ ਕਬੀਰ ਚੰਦਨ ਦਾ ਬਿਰਵਾ ਬੜਾ ਬੇੜਿਓ ਡਾਕ ਬਲਾਸ ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੇ ਤਰ੍ਹਾਂ ਦੇ ਰੁੱਖ ਪੈਦਾ ਕੀਤੇ ਚੰਦਨ ਸਭ ਤੋਂ ਮਹਾਨ ਇਸੇ ਤਰ੍ਹਾਂ ਕਹਿੰਦੇ ਨੇ ਧਾਤਨ ਮੈਂ ਅੱਤ ਕਣਕ ਧਾਤਨ ਮੈਂ ਅੱਤ ਉੱਤਮ ਦਾ ਮਾਣ ਹੈ ਧਾਤਾਂ ਬੜੇ ਪ੍ਰਕਾਰ ਦੀਆਂ ਪ੍ਰਮਾਤਮਾ ਬਣਾਈਆਂ ਸੋਹਣੇ ਦੀ ਮਾਨਤਾ ਸਭ ਤੋਂ ਵੱਡੀ ਪੰਛੀਆਂ ਮੈਂ ਹੰਸ ਮੇਘ ਰਾਜਨ ਮੈਂ ਸਾਧ ਦੂੰ
ਪੰਛੀ ਬੜੇ ਬਣਾਏ ਪਰਮਾਤਮਾ ਨੇ ਹੰਸ ਸਭ ਤੋਂ ਮਹਾਨ ਹੈ ਜਾਨਵਰ ਬੜੇ ਪ੍ਰਕਾਰ ਦੇ ਪਰਮਾਤਮਾ ਬਣਾਏ ਹੈ ਪਰ ਬੱਬਰ ਸ਼ੇਰ ਦੀ ਮਹਾਨਤਾ ਸਭ ਤੋਂ ਵੱਡੀ ਤੇ ਮਹਾਨ ਹੈ ਰਾਗਣ ਮੈਂ ਸ੍ਰੀ ਰਾਗ ਰਾਗ ਬੜੇ ਤਰ੍ਹਾਂ ਦੇ ਹੈ ਪਰ ਸ੍ਰੀ ਰਾਗ ਦੀ ਮਹਾਨਤਾ ਸਭ ਤੋਂ ਵੱਡੀ ਹੈ ਪਾਰਸ ਮਖਾਣ ਹੈ ਇਸੇ ਤਰ੍ਹਾਂ ਪੱਥਰ ਕਈ ਪ੍ਰਕਾਰ ਦਾ ਪਰਮਾਤਮਾ ਨੇ ਬਣਾਇਆ ਪਾਰਸ ਦੀ ਮਹਾਨਤਾ ਸਭ ਤੋਂ ਵੱਡੀ ਹੈ ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ ਗਿਆਨ ਬੜੇ ਪ੍ਰਕਾਰ ਦਾ ਹੈ ਧਿਆਨ ਕਈ ਤਰ੍ਹਾਂ ਦਾ ਹੈ ਪਰ ਗੁਰੂ ਦਾ ਗਿਆਨ ਗ੍ਰਸਥ ਪ੍ਰਧਾਨ ਹੈ ਗ੍ਰਸਥ ਧਰਮ ਨੂੰ ਸਭ ਤੋਂ ਵੱਡੀ ਮਹਾਨਤਾ ਬਖਸ਼ਿਸ਼ ਕੀਤੀ ਹੈ ਇਹ ਮਾਰਗ ਸਤਿਗੁਰੂ ਸਾਹਿਬ ਜੀ ਨੇ ਅੱਜ ਸੁਭਾਗ ਜੋੜੀ ਨੂੰ ਬਖਸ਼ਿਸ਼ ਕੀਤਾ ਹੈ ਗਰੀਬ ਨਵਾਜ ਕਿਰਪਾ ਕਰਨ ਇੱਕ ਤਾਂ ਇਹ ਵਸਤਾ ਬਖਸ਼ਣ ਕੇ ਧਨ ਪੇ ਰੇ ਰਾਖੀ ਨੂੰ ਬੈਠ ਇਕੱਠੇ ਹੋਏ ਇੱਕ ਜੋ ਕੋਈ ਮੂਰਤੀ ਧਨ ਪੇ ਰੱਖੀਏ ਸੋਏ ਇੱਥੇ ਕੋਈ ਬਹੁਤੀ ਸਿੱਖਿਆ ਦੇਣ ਦੀ ਲੋੜ ਨਹੀਂ ਦੋਵੇਂ ਪਰਿਵਾਰ ਗੁਰਮਤਿ ਦੇ ਧਾਰਨੀ ਹਨ ਤੇ ਬਾਬਾ ਫਰੀਦ ਜੀ ਦਾ ਇੱਕ ਵਚਨ ਕਹਿ ਕੇ ਮੈਂ ਸਮਾਪਤੀ ਕਰਦਾਗਾ ਬਾਬਾ ਜੀ ਪੁੱਛਿਆ ਸੀ ਕਿਸੇ ਨੇ ਕਿ ਬਾਬਾ ਜੀ ਇਸਤਰੀ ਨੇ ਅਗਰ ਆਪਣੇ ਪਤੀ ਨੂੰ ਆਪਣੇ ਵਸ ਵਿੱਚ ਕਰਨਾ ਹੋਵੇ ਵਸ ਕਰਨ ਤੋਂ ਭਾਵ ਉਹਦਾ ਪਤੀ ਉਹਦੇ ਪ੍ਰੇਮ ਨਾਲ ਬਣਿਆ ਰਹੇ ਵਿਸ਼ਵਾਸ ਬਣਿਆ ਰਹੇ ਕਲੇਸ਼ ਤੋਂ ਬਚ ਜਾਏ ਕਿਹੜੇ ਗੁਣ ਧਾਰਨ ਕਰਨੇ ਚਾਹੀਦੇ ਭਾਵੇਂ ਬਾਹਰੀ ਅਰਥ ਹਨ ਅੰਤਰੀ ਅਰਥ ਹੈ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਉੱਥੇ ਬਾਬਾ ਜੀ ਆਪਣੀ ਬਾਣੀ 'ਚ ਕਹਿੰਦੇ ਨੇ ਕਮਲ ਸੋ ਅੱਖਰ ਕਮਲ ਗੁਣ ਕਮਲ ਸੋ ਬਣੀਆਂ ਬੰਦ ਕਮਲ ਸੋ ਵੇਸੋ ਹਉ ਕਰੀ ਜਿੱਦ ਵਸਿਆ ਵੈ ਕੰਤ ਉੱਥੇ ਬਾਬਾ ਜੀ ਨੇ ਕਿਹਾ ਨੇਮਣ ਸੋ ਅੱਖਰ ਖਵਣ ਗੁਣ ਜਿਹਾ ਬਣੀਆਂ ਬੰਦ ਇਹ ਤਰ੍ਹਾਂ ਭੈਣੇ ਵੇਸਕਾਰ ਤਾਂ ਵਸਿਆ ਵੈ ਕੰਤ ਜਿਹੜੀ ਭੈਣ ਜਿਹੜੀ ਇਸਤਰੀ ਦੇ ਕੋਲ ਹਿਰਦੇ ਵਿੱਚ ਬੜੀ ਨਿਮਰਤਾ ਭਾਵ ਹੈ ਭਾਵ ਆਪਣੇ ਪਤੀ ਅੱਗੇ ਜਿਹੜੀ ਹਰ ਵੇਲੇ ਬੜੀ ਨਿਮਰਤਾ ਨਾਲ ਪੇਸ਼ ਆਉਂਦੀ ਹੈ ਜਿਸ ਦੀ ਆਪਣੇ ਪਤੀ ਅੱਗੇ ਕੋਈ ਹੋਮੇ ਕੋਈ ਹੰਕਾਰ ਨਹੀਂ ਉੱਚਾ ਸ਼ਬਦ ਨਹੀਂ ਬੜੇ ਆਤਮਾ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ ਇਹ ਬਾਬਾ ਜੀ ਨੇ ਬਖਸ਼ਿਸ਼ ਕੀਤੀ ਹੈ ਗੁਰੂ ਦਾ ਜਸ ਅਦਾਤ ਬੋਲ ਸੁਨੇਹ ਸੁਭਾਗ ਭਰੇ ਸਮੇਂ ਦੀਆਂ ਸਤਿਕਾਰ ਮਹਾਂਪੁਰਖ ਬਾਬਾ ਜੀ ਬਾਬਾ ਗੁਰਬਚਨ ਸਿੰਘ ਜੀ ਸਪੁੱਤਰ ਸੱਚਖੰਡ ਵਾਸੀ ਸ਼੍ਰੀ ਮਾਨ ਸੰਤ ਬਾਬਾ ਦਇਆ ਸਿੰਘ ਜੀ ਪੋਤਰੇ ਸੱਚਖੰਡ ਵਾਸੀ ਸ਼੍ਰੀ ਮਾਨ ਸੰਤ ਬਾਬਾ ਸੋਹਣ ਸਿੰਘ ਜੀ ਅੰਸ ਬੰਸ ਬਾਬਾ ਵੀਰੀ ਚੰਦ ਸਾਹਿਬ ਉਹਨਾਂ ਮਹਾਂਪੁਰਖਾਂ ਵੱਲੋਂ ਅੱਜ ਦੇ ਇਸ ਸੁਹਾਵਣੇ ਖੁਸ਼ੀਆਂ ਭਰੇ ਸਮੇਂ ਦੀਆਂ ਦੋਵੇਂ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੇਨਤੀ ਕਰਾਂਗਾ ਗਿਆਨੀ ਗੁਰਦਿਆਲ ਸਿੰਘ ਜੀ ਢਿੱਲਵਾ ਜਿਨ੍ਹਾਂ ਦਾ ਵਿਸ਼ੇਸ਼ ਸਮਾਂ ਅੱਜ ਦੇ ਸਾਰੇ ਪ੍ਰੋਗਰਾਮ ਵਿੱਚ ਰੱਖਿਆ ਗਿਆ ਸੀ ਪਰ ਆਪ ਸਾਰੇ ਜਾਣਦੇ ਹੋ ਪ੍ਰੋਗਰਾਮ ਬਹੁਤ ਲੇਟ ਚੱਲ ਰਿਹਾ ਹੈ ਇਸ ਕਰਕੇ ਬੇਵਸੀ ਹੋ ਗਈ ਕਿ ਰਾਜਾ ਵਿੱਚ ਜੋ ਕੁਝ ਪਰਮਾਤਮਾ ਦੇ ਹੁਕਮ ਵਿੱਚ ਵਰਤ ਰਿਹਾ ਹੈ ਉਦੋਂ ਪਹਿਲਾਂ ਭਾਜੀ ਇੰਦਰਜੀਤ ਸਿੰਘ ਜੀ ਆਈ ਟੀ ਕਾਲਜ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਆਪਣਾ ਸਨਮਾਨ ਪ੍ਰਾਪਤ ਕਰਨ ਭਾਜੀ ਇੰਦਰਜੀਤ ਸਿੰਘ ਆਈ ਟੀ ਕਾਲਜ ਨਾਲ ਦੀ ਨਾਲ ਮੈਂ ਬੇਨਤੀ ਕਰਾਂਗਾ ਸਾਡੇ ਬੜੇ ਅਜੀਜ਼ ਨੇ ਪੰਜ ਪਿਆਰੇ ਸਾਹਿਬਾਨਾਂ 'ਚ ਸੇਵਾ ਮਹੌਲ ਵਾਲੇ ਜਥੇਦਾਰ ਸਾਹਿਬ ਬਾਬਾ ਬਿਪਲ ਸਿੰਘ ਹੋਣੀ ਉਹ ਵੀ ਸਤਿਕਾਰ ਆ ਕੇ ਮੈਂ ਭਾਈ ਗੁਰਜੰਤ ਸਿੰਘ ਹੋਣੀ ਇਹਨਾਂ ਦੇ ਨਾਮ ਦੇ ਉਹਨਾਂ ਦਾ ਵੀ ਮੈਂ ਉਹਨਾਂ ਨੂੰ ਜੀ ਹੋਇਆ ਵੀ ਮੈਂ ਜਸਵੇਰ ਸਿੰਘ ਹੋਣੀ ਅਤੇ ਵੀਰ ਸਿੰਘ ਹੋਣੀ ਟਕਸਾਲ ਵਾਲੇ ਸਾਰੇ ਗੁਰਮੁਖਾਂ ਪਿਆਰਿਆਂ ਦਾ ਆਦਰ ਸਤਿਕਾਰ ਹੈ ਅਤੇ ਸਮਾਂ ਗਿਆਨੀ ਗੁਰਦਿਆਲ ਸਿੰਘ ਜੀ ਢਿੱਲਵਾ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਕਿ ਉਹਨਾਂ ਜਥਾ ਲੈ ਕੇ ਆਏ ਨੇ ਅਤੇ ਪਰਿਵਾਰ ਵੱਲੋਂ ਉਹਨਾਂ ਨੂੰ ਚੇਚੇ ਤੌਰ ਉੱਤੇ ਮਾਣ ਦਿੱਤਾ ਗਿਆ ਅਤੇ ਸੱਦ ਕੇ ਅਤੇ ਸਮਾਂ ਅਸੀਂ ਬਹੁਤਾ ਹੀ ਘੱਟ ਉਹਨਾਂ ਨੂੰ ਦੇ ਰਹੇ ਹਾਂ ਜੀ ਮੈਂ ਕਿਵੇਂ ਵਾਰ ਵਾਰ ਉਹਨਾਂ ਨੂੰ ਮਾਣ ਮੰਗਦਾ ਹੈ ਕਿਉਂਕਿ ਉਹ ਮੇਰੇ ਬੜੇ ਸੀਨੀਅਰ ਕਮਿਸ਼ਨਰ ਨੇ ਜਿਹੜੇ ਬੜੇ ਸਤਿਕਾਰਯੋਗ ਨੇ ਜੀ ਦੇ ਬੜੀ ਕਿਰਪਾ ਨਿਕਾਲ ਤਖ਼ਤ ਚਰਨ ਕੇ ਮਾਲਿਕ ਹਾਜ਼ਰਾ ਹਜ਼ੂਰ ਸਤਿਗੁਰੂ ਜੀ ਜਿਨ੍ਹਾਂ ਦੀ ਪਾਵਨ ਗੋਦ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਪ੍ਰਥਮ ਮਰਜੂੜਿਆਂ ਦੀ ਕੌਮ ਦੇ ਪਿਤਾਮਾ ਬਾਜਾ ਵਾਲੇ ਪਾਤਸ਼ਾਹ ਮਹਾਰਾਜ ਦਾ ਬਖਸ਼ਿਸ਼ ਕੀਤਾ ਰੱਬੀ ਨਾਰਾ ਬੁਲੰਦ ਕਰੀਏ ਰਸਨਾ ਪਵਿੱਤਰ ਕਰੋ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗਲ ਬੇਲੀ ਜੁਰ ਆਹਰ ਕਰਿਆ
ਕਦੇ ਉਹ ਸਗਲ ਅੰਬੇਸਾ ਕਾਰਜ ਸਗਲ ਅਰੰਭਿਓ ਕਰਕਾ ਠਾਕੁਰ ਕਾ ਭਰੋਸਾ ਵਾਹਿਗੁਰੂ ਦੇ ਭਰੋਸੇ ਹਿੰਦ ਉਸ ਮਾਲਕ ਦੀ ਨਜ਼ਰ ਰਹਿਮਤ ਦੁਨੀਆਂ ਦਾ ਸ਼ਹਿਰ ਕਹਿੰਦਾ ਨਜ਼ਰ ਰਹਿਮਤ ਸੇ ਜਿਧਰ ਨਾਨਕ ਇਸ਼ਾਰਾ ਕਰ ਦਿਆ ਜਰੇ ਕੋ ਸੂਰਜ ਕੀ ਆਕੰਦਰੇ ਸੇ ਦਰਿਆ ਕਰ ਦਿਆ ਹਿੰਦੂ ਮੁਸਲਮ ਕੇ ਮਿੱਟੇ ਝਗੜੇ ਗਲੇ ਸਭ ਮਿਲ ਗਏ ਕੁਫਰੋ ਈਪਾ ਏਕ ਜਾਨ ਕਾਂਛੀ ਕਾਪਾ ਕਰ ਦਿਆ ਦੇਨ ਤੋ ਸੇ ਸਾਧੂ ਬਣਾ ਸੱਜਣ ਵੀ ਸੱਜਣ ਹੋ ਗਿਆ ਵੱਡੇ ਪੀਤਿਆ ਬਾਤ ਥੀ ਰੀਠਾ ਵੀ ਮਿੱਠਾ ਕਰ ਇਸ਼ਕ ਕੀ ਭੱਠੀ ਨੇ ਢਾਲ ਕਰ ਕੁੰਦਨ ਕੀਆ ਲਹਿੜੇ ਸੇ ਅੰਗਦ ਕੀਆ ਅੰਗਦ ਸੇ ਅੱਲਾ ਕਰ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਢੇਰੀ ਸੱਚ ਕਰਕੇ ਜਾਣਿਓ ਮਨ ਨੂੰ ਆਨੰਦ ਬੜਾ ਆਇਆ ਕਦੇ ਕਦੇ ਇਹੋ ਜਿਹੇ ਮੇਲੇ ਹੁੰਦੇ ਨੇ ਮੈਂ ਦੇਖ ਰਿਹਾ ਸੀ ਰੰਗ ਰਤਨੀਆਂ ਰੂਹਾਂ ਗੁਰੀ ਗਿਆਨੀ ਬਾਣੀ ਤੇ ਬਾਣੀ ਦੇ ਧਾਰਨੀ ਸੰਤ ਮਹਾਂਪੁਰਖ ਨਿਹੰਗ ਸਿੰਘ ਜਥੇਬੰਦੀਆਂ ਪੰਜ ਪਿਆਰੇ ਸਹਿਬਾਨ ਸਭ ਆਏ ਸਿੱਖ ਕੌਮ ਦੀ ਮਾਇਆ ਨਾਥ ਹਸਤੀ ਮੈਂ ਕੋਈ ਖਸ਼ਾਮਤ ਨਹੀਂ ਕਰ ਰਿਹਾ ਪਿੰਡ ਤੋਂ ਬੜਾ ਭਾਈ ਸਾਹਿਬ ਭਾਈ ਮਹਿਤ ਸਿੰਘ ਔਰ ਉਹਨਾਂ ਦੇ ਲੱਖ ਤੇ ਜਗਤ ਕੌਮ ਨੂੰ ਮਾਣ ਹੈ ਕਬੀਸ਼ਰੀ ਦੇ ਪਿੰਡ ਦੇ ਵਿੱਚ ਐਸੀ ਮਹਾਰਤ ਪੇਸ਼ ਕਰ ਦਿੱਤੀ ਕਿ ਲੋਕ ਕਬੀਸ਼ਰੀ ਬੋਲਣ ਲੱਗ ਪਏ ਬੱਚੇ ਇਹਨਾਂ ਦੀ ਕਬੀਸ਼ਰੀ ਸੁਣ ਕੇ ਬਾਣੀ ਤੇ ਧਾਰਨੀ ਹੋ ਗਏ ਔਰ ਬਾਣੀ ਤੇ ਧਾਰਨੀ ਹੋ ਗਏ ਔਰ ਉਹਨਾਂ ਦੀ ਬਹੁਤ ਹੀ ਸਤਿਕਾਰਯੋਗ ਸਪੁੱਤਰੀ ਬੀਬਾ ਜਗਦੀਪ ਕੌਰ ਉਹਨਾਂ ਦਾ ਆਨੰਦ ਕਾਰਜ ਹੈ ਔਰ ਕਾਕਾ ਭਾਈ ਗੁਰਮੁਖ ਸਿੰਘ ਜੀ ਗੁਰਮੁਖ ਵੀ ਆਉਣ ਆਇਆ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਸਮਾਂ ਇੰਨਾ ਨਹੀਂ ਮੰਚ ਦੇ ਸੰਚਾਲਕ ਮੇਰੇ ਹਰਦਰ ਅਜੀਤ ਵੀਰ ਅਮਰਜੀਤ ਸਿੰਘ ਸਭਰਾ ਸਾਹਿਬ ਭਾਵੇਂ ਟਾਈਮ ਉਹਨਾਂ ਨੇ ਨਹੀਂ ਦੱਸਿਆ ਮੈਨੂੰ ਪਤਾ ਕਿ ਇੱਕੋ ਹੀ ਕਵਿਤਾ ਕਹਿਣੀ ਮੈਂ ਵੱਡੇ ਵਿਸਥਾਰ ਚ ਨਹੀਂ ਜਾਵਾਂਗਾ ਬਹੁਤ ਕੁਝ ਸਰਵ ਕਰਦੇ ਹੈ ਇਸਤਰੀ ਜਾਤੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ 32 ਗੁਣ ਨੇ ਜਿਹੜੀ ਸੰਪੂਰਨ ਔਰਤ ਹੈ 32 ਸੁਲੱਖਣੀ ਸਤ ਸੰਗਤ ਪੂਤ ਆਗਿਆਕਾਰੀ ਸੁਗੜ ਸਰੂਪ ਭਾਈ ਕਾਲ ਸਿੰਘਾਂ ਨੇ ਵੀ ਲਿਖਿਆ ਤਾਂ ਬਾਣੀ ਹੈ ਪਾਤਸ਼ਾਹ ਦੀ ਔਰ ਮਹਾਰਾਜ ਨੇ ਜਿੱਥੇ ਇਸਤਰੀ ਜਾਤੀ ਦਾ ਇੱਡਾ ਸਤਿਕਾਰ ਕੀਤਾ ਸਿੱਖ ਧਰਮ ਦੇ ਵਿੱਚ ਹੋਰ ਕਿਸੇ ਧਰਮ ਦੇ ਵਿੱਚ ਨਹੀਂ ਸਾਡਾ ਵੱਡਾ ਪੁਰਸ਼ ਸਾਡਾ ਬਾਬਾ ਕਹਿੰਦਾ ਹੈ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਹੈ ਰਾਜਾ ਏਡਾ ਵੱਡਾ ਸਤਿਕਾਰ ਕਿਸੇ ਧਰਮ ਦੇ ਵਿੱਚ ਨਹੀਂ ਔਰ ਕੋਈ ਵਿਰਲੀ ਇਸਤਰੀ ਹੈ ਜਿਸ ਦੇ ਵਿੱਚ ਵਾਹਿਗੁਰੂ ਨੇ 32 ਗੁਣ ਬਖਸ਼ਿਸ਼ ਕੀਤੇ ਉਹ ਗੁਰਮੁਖ ਰੂਹਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨਿਵਾਣਿਆ ਦੇ ਮਾਨ ਪਾਤਸ਼ਾਹ ਜਿਹਨਾਂ ਬਾਬਤ ਪੰਡ ਕਹਿੰਦੇ ਨੇ ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਸੰਤ ਗਨੰਤ ਨਾ ਆਵੇ ਰਬ ਸੱਚ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਪੱਲੇ ਉਨਹੇ ਜੋ ਗਾਵੇ ਪੱਲੇ ਅਮਰਦਾਸ ਮੁੜ ਤੇਰੇ ਤੇਰੀ ਉਪਮਾ ਦੋਹੇ ਬਣਿਆ ਉਹਨਾਂ ਦੇ ਘਰ ਦੇ ਵਿੱਚ ਧੀ ਹੈ ਬੀਬੀ ਭਾਨੀ ਜਿਸ ਦੇ ਵਿੱਚ 32 ਗੁਣ ਨੇ ਜਿਸ ਬੀਬੀ ਨੇ ਭਾਣੇ ਨੂੰ ਅੱਗੇ ਚੱਲ ਕੇ ਜਨਮ ਦੇਣਾ ਉਹ ਜਵਾਨ ਹੋ ਗਈ ਮਾਤਾ ਮਨਸਾ ਦੇਵੀ ਪਾਤਸ਼ਾਹ ਦੀ ਅਰਧੰਗਣੀ ਕਹਿਣਗੇ ਪਾਤਸ਼ਾਹ ਭਾਨੀ ਜਵਾਨ ਹੋ ਗਈ ਹੈ ਕੋਈ ਚੰਗਾ ਵਰ ਲੱਭੋ ਮੈਂ ਰੋਜ਼ ਤੱਕਦੀ ਹੈ ਕਿ ਇੱਕ ਬਾਲਕ ਬੜਾ ਹੁਣ ਹਾਰ ਸਿਰ ਉੱਤੇ ਘੁੰਗੜੀਆਂ ਵਾਲਾ ਛਾਪਾ ਚੁੱਕੀ ਫਿਰਦਾ ਔਰ ਗੁਰੂ ਘਰ ਵਿੱਚ ਆ ਕੇ ਸੇਵਾ ਕਰਦਾ
ਯਾਦ ਰੱਖੋ ਮੇਰੇ ਪਾਤਸ਼ਾਹ ਕਹਿੰਦੇ ਨੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤ ਕੇ ਕਹੀਏ ਨਾਨਕਾ ਦੇ ਪ੍ਰੀਤ ਨਹੀਂ ਭਗਵੰਤ ਬਾਹਰੀ ਪਛਾਣ ਇੱਕ ਹੋਰ ਹੈ ਬਾਹਰੀ ਬਿਊਟੀ ਇੱਕ ਹੋਰ ਹੈ ਪਰ ਅੰਦਰ ਦੀ ਸੁੰਦਰਤਾ ਜੇ ਨਾ ਹੋਵੇ ਤੇ ਮਹਾਰਾਜ ਨੇ ਕਹਿ ਦਿੱਤਾ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਮੈਂ ਬੇਨਤੀ ਕਰ ਰਿਹਾ ਸੀ ਆਵਾਜ਼ ਮਾਰੀ ਗੁਰਮੁਖਾ ਤੇਰਾ ਨਾਮ ਕੀ ਹੈ ਕਹਿੰਦਾ ਜੀ ਜੇਠਾ ਕਿੱਥੇ ਰਹਿੰਦਾ ਬਸ ਪਾਤਸ਼ਾਹ ਤੁਹਾਡੀ ਨਗਰੀ ਦੇ ਵਿੱਚ ਇੱਕ ਛੱਪਰੀ ਬਣਾਈ ਹੋਈ ਹੈ ਕੱਖਾਂ ਦੀ ਕੁੱਲੀ ਬਣਾਈ ਹੈ ਨਾਮੀ ਦੇ ਨਾਲ ਰਹਿੰਦਾ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਹੈ ਤੁਹਾਡੇ ਦਰ ਤੇ ਆ ਕੇ ਸੇਵਾ ਕਰਦੇ ਹੈ ਬੜੀ ਨਗਰੀ ਤੁਹਾਡੀ ਸੁੰਦਰ ਲੱਗੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਦੀਦਾਰ ਕਰਕੇ ਸਾਰੇ ਦੁੱਖ ਨੱਸ ਗਏ ਲਾਹੌਰ ਤੋਂ ਆਏ ਮਾਤਾ ਪਿਤਾ ਹੈ ਨਹੀਂ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਮਨਸਾ ਦੇਵੀ ਇਹਦੇ ਵਰਗਾ ਸੰਸਾਰ ਤੇ ਹੋਰ ਕੋਈ ਨਹੀਂ ਬਸ ਇਹੋ ਹੀ ਹੈ ਇਹਦਾ ਛਾਪਾ ਥੱਲੇ ਰਖਾਉਣਾ ਤੇ ਇਹਦੇ ਸੀਸ ਉੱਤੇ ਛੱਤਰ ਚਲਾਉਣਾ ਹੈ ਇਹਦੇ ਲੰਗਰਾਂ ਦੇ ਵਿੱਚੋਂ ਲੱਖਾਂ ਲੋਕ ਪ੍ਰਸ਼ਾਦਾ ਛਕਿਆ ਕਰਨਗੇ ਆਪ ਵੇਖੀਏ ਟੈਂਕੀ ਇੰਨਾ ਨਹੀਂ ਧੀ ਭਾਨੀ ਦੇ ਹੋ ਗਏ ਜੇਠਾ ਜੇਠੇ ਨਾਲ ਫੇਰੇ ਇਹ ਜਿਹੜੀਆਂ ਪ੍ਰਕਰਮਾਂ ਹੋਈਆਂ ਪਰ ਬੜਾ ਆਨੰਦ ਆ ਰਿਹਾ ਸੀ ਬੜਾ ਸਵਾਦ ਆ ਰਿਹਾ ਸੀ ਜਦੋਂ ਭਾਈ ਸਾਹਿਬ ਜੀ ਕੀਰਤਨ ਕਰਦੇ ਸੀ ਕਥਾ ਬਾਅਦ ਚ ਸੰਤ ਮਹਾਂਪੁਰਖਾਂ ਨੇ ਹਾਜ਼ਰੀ ਭਰੀ ਹੈ ਔਰ ਸਾਡੀ ਵਿਲੱਖਣਤਾ ਹੈ ਸਿੱਖ ਕੌਮ ਦੀ ਗੁਰੂ ਤੇਗ ਬਹਾਦਰ ਬੋਲਿਆ ਧਰਮ ਪਈਏ ਧਰਮ ਨਾ ਛੁੱਟ ਗਏ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀ ਚਲੇ ਬਾਹਾਂ ਨਾ ਛੁੱਟ ਗਏ ਆਓ ਜਰਾ ਵੇਖੀਏ ਉਸ ਵਕਤ ਦੀ ਕਹਾਣੀ ਆਓ ਬੀਬੀ ਭਾਨੀ ਬੱਤੀ ਗੁਣਾ ਦੀ ਸੰਪੰਨ ਮਾਲਕ ਜੇਠਾ ਜੀ ਦੇ ਨਾਲ ਅਨੰਦ ਕਾਰਜ ਕਿਉਂ ਹੋ ਗਿਆ ਭਾਗਾ ਭਰਿਆ ਦਿਲ ਨੇ ਜਾ ਖੁਸ਼ੀਆਂ ਦਾ ਆਇਆ ਭਾਨੀ ਜੀ ਦੇ ਵਿਆਹ ਦਾ ਸੀ ਕਾਜ ਰਚਾਇਆ ਓ ਰੱਬ ਨੇ ਖੁਸ਼ੀ ਬਖੇਰ ਦੀ ਅੱਜ ਚਾਰ ਚਵੇਰੇ ਜੇਠਾ ਜੀ ਦੇ ਹੋ ਗਏ ਭਾਨੀ ਨਾਲ ਫੇਰੇ ਭਾਗਾ ਭਰਿਆ ਦਿਲ ਨੇ ਜਾ ਖੁਸ਼ੀਆਂ ਦਾ ਆਇਆ ਭਾਨੀ ਜੀ ਦੇ ਵਿਆਹ ਖੁਸ਼ੀ ਨੇ
ਬਹੁਤ ਸਾਰਾ ਮਾਣ ਸਨਮਾਨ ਪਾਇਆ ਰੰਗ ਰਤੜੀ ਰੂਪ ਬਾਬਾ ਸਰਬੱਤ ਸਿੰਘ ਜੀ ਗੁਰਦੁਆਰਾ ਕਿਰਪਾਨ ਭੇਟ ਮਾਛੀਵਾੜਾ ਬਿਰਤ ਸਤਿਕਾਰ ਕਰਕੇ ਗਏ ਇਹੋ ਜਿਹੀਆਂ ਰੂਪਾਂ ਦੇ ਦਰਸ਼ਨ ਹੋਏ ਦਰਸ਼ਨ ਦੇਖ ਲੋਕ ਦੱਸੇ ਭਾਈ ਮਹਿਤ ਸਿੰਘ ਜੀ ਆਪਣੇ ਛੋਟੇ ਵੀਰਾਂ ਦਾ ਸਤਿਕਾਰ ਕਰਕੇ ਗਏ ਇੰਨੇ ਯੋਗ ਨਹੀਂ ਅਸੀਂ ਵੀਰ ਗੁਰਲਾਲ ਸਿੰਘ ਕਹਿੰਦੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਿਵਾਰ ਯੁਵਰਾਜ ਸਿੰਘ ਜੀ ਗੁਰਜੰਤ ਸਿੰਘ ਮਿਲਕਾ ਅਮਰਜੀਤ ਸਿੰਘ ਜੀ ਸਬਰਾ ਸਿੱਖ ਕੌਮ ਦੀ ਮਾਂ ਮੱਤੀ ਸਾਡੀ ਧੀ ਰਾਣੀ ਬੀਬਾ ਦਲੇਰ ਕੌਰ ਉਹ ਵੀ ਸਤਿਕਾਰ ਕਰਕੇ ਗਏ ਨੇ ਉਹਨਾਂ ਦੇ ਚਾਚਾ ਜੀ ਸਾਡੇ ਕਮਿਸ਼ਨਰ ਸਾਹਿਬਾਨ ਹੋਰ ਬੇਅੰਤ ਸਨਮਾਨ ਆਇਆ ਰੰਧਾਵਾ ਦੱਸਣ ਦਾ ਸਾਡੇ ਜਾਣੇ ਪਛਾਣੇ ਸੱਜਣ ਗੁਰਪ੍ਰੀਤ ਸਿੰਘ ਦੀ ਲੰਡ ਦਾ ਕਿਆ ਬਾਤ ਹੈ ਢਾਡੀ ਜਥਾ ਬਹੁਤ ਦੀ ਕਿਰਪਾ ਇਹਨਾਂ ਹੀਰਿਆਂ ਦੀ ਇਹ ਮੇਰੀ ਕੌਮ ਦੇ ਹੀਰੇ ਇਹ ਮੇਰੀ ਕੌਮ ਗੁਰੂ ਦਾ ਇਤਿਹਾਸ ਸਰਵਣ ਕਰਾਉਂਦੇ ਨੇ ਵਕਤ ਇਹਨਾਂ ਨੇ ਮੋਗੇ ਤੋਂ ਭਾਈ ਜਗਰੂਪ ਸਿੰਘ ਜੀ ਭਾਈ ਪਿੱਪਲ ਸਿੰਘ ਭਾਈ ਗੁਰਜੰਤ ਸਿੰਘ ਗੁਰਮੇਲ ਸਿੰਘ ਪੰਜ ਪਿਆਰੇ ਸਾਹਿਬਾਨਾਂ ਦੀ ਜਿਹੜੀ ਸੇਵਾਵਾਂ ਨਿਭਾਉਂਦੇ ਨੇ ਬੜੀਆਂ ਬਖਸ਼ੀਆਂ ਨੂੰ ਆਈਆਂ ਨੇ ਕਲਗੀਧਰ ਅੰਮ੍ਰਿਤ ਸੰਚਾਰ ਜਥਾ ਉਹਨਾਂ ਵੱਲੋਂ ਵੀ ਬੇਅੰਤ ਮਾਣ ਸਨਮਾਨ ਆਇਆ ਬਹੁਤ ਸਾਰੇ ਨਾਂ ਰਹਿ ਜਾਂਦੇ ਮੈਂ ਖੇਮਾ ਚਾਹੁੰਦਾ ਵੀਰ ਸਤਨਾਮ ਸਿੰਘ ਜੀ ਸਾਡੇ ਪੰਡੋਰੀ ਵਾਲੇ ਕਮਿਸ਼ਨਰ ਸਾਹਿਬਾਨ ਮਾਰ ਕਰਕੇ ਗਏ ਨੇ ਬਹੁਤ ਸਾਰਾ ਸਮਾਂ ਹੋ ਗਿਆ ਹੈ ਫਿਰ ਵੀ ਤੁਸੀਂ ਬੈਠੇ ਭਾਈ ਸਾਹਿਬ ਹੋਰਾਂ ਨੇ ਅਗਲਾ ਪ੍ਰੋਗਰਾਮ ਦੱਸਣਾ ਹੈ ਤੇ ਭਾਈ ਸਾਹਿਬ ਹੋਰਾਂ ਨੂੰ ਕਹਿ ਗਿਆ ਸੀ ਭਾਈ ਮਹਿਤ ਸਿੰਘ ਹੋਰਾਂ ਨੂੰ ਕਿ ਅਸੀਂ ਰਹਿਣ ਦੇਣੀ ਹੈ ਪਰ ਉਹਨਾਂ ਦਾ ਪਿਆਰ ਸਾਡੇ ਨਾਲ ਕਹਿਣ ਕੇ ਨਹੀਂ ਜ਼ਰੂਰ ਤੁਸੀਂ ਹਾਜ਼ਰੀ ਭਰਨੀ ਹੈ ਸੋ ਉਹਦਾ ਹੀ ਬੜਾ ਆਨੰਦ ਆ ਗਿਆ ਇਸ ਆਨੰਦ ਕਾਰਜ ਵਿੱਚ ਆ ਕੇ ਸੋ ਹੋ ਜਾਂ ਗੁਰਾਂ ਦੀ ਖਿਮਾ ਚਾਹੁੰਦੇ ਹਾਂ ਬੇ ਸੀਸ ਕਹੇ ਜਗਦੀਸ਼ ਜੋੜੀ ਜੀ ਨੇ ਜੋ ਵਿਚਾਰ ਤਿਹਾਰੀ ਵਾਹਿਗੁਰੂ ਕਿਰਪਾ ਕਰੇ ਕਿ ਸੁਪਾਕ ਜੋੜੀ ਚੜ੍ਹਦੀ ਕਲਾ ਵਿੱਚ ਰਹੇ ਜੇਕਰ ਗ੍ਰਿਸ਼ਤ ਦਾ ਹੁੰਦਾ ਜਹਾਨ ਉੱਤੇ ਰਾਮ ਸੀਤਾ ਨੂੰ ਵਿਆਹ ਕੇ ਲਿਆਵਦਾਰਾ ਉਹ ਅਰਜਨ ਦੇਵ ਜੀ ਗੰਗਾ ਨੂੰ ਵਿਆਹ ਦੇ ਲਈ ਸ਼ੇਰਾ ਬਣ ਕੇ ਧੁੱਗਣ ਫਿਰ ਜਾਵਦਾਰਾ 26 ਸਾਲ ਜਿਸ ਭੋਰੇ ਵਿੱਚ ਤਪ ਕੀਤਾ ਉਹ ਗੁਜਰੀ ਨੂੰ ਵਿਆਹ ਕੇ ਲਿਆਵਦਾਰਾ ਚੰਨੀ ਤੇਗ ਬਹਾਦਰ ਦੇ ਰਹਿ ਜਾਂਦੇ ਫਿਰ ਕਿਸ ਗੋਬਿੰਦ ਨੂੰ ਜੰਮਣਾ ਸੀ ਸੁੱਤੀ ਹੋਈ ਇਸ ਕੌਮ ਵਿੱਚ ਅਣਖ ਭਰ ਕੇ ਭਾਂਡਾ ਜ਼ੁਲਮ ਦਾ ਕਿਸੇ ਨੇ ਭੰਨਣਾ ਸੀ ਸੋ ਬਹੁਤ ਬਹੁਤ ਦੋਹਾਂ ਪਰਿਵਾਰਾਂ ਨੂੰ ਮੁਬਾਰਕਬਾਦ ਅਗਲਾ ਸਮਾਂ ਭਾਈ ਸਾਹਿਬ ਜੀ ਤੁਹਾਡੀ ਨਜ਼ਰ ਕਰਨਗੇ ਸਾਡੇ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਧੰਨਵਾਦ ਇਹ ਸਨ ਸ੍ਰੀ ਗੁਰਦਿਆਲ ਸਿੰਘ ਜੀ ਵੱਲੋਂ ਸਨ ਦਰਅਸਲ ਮੇਰੀ ਡਿਊਟੀ ਅੱਜ ਸਟੇਜ ਲਾਉਣ ਦੀ ਸੀ ਚੇਚੇ ਤੌਰ ਉੱਤੇ ਭਾਈ ਮਹਿਤ ਸਿੰਘ ਹੋਣੀ ਕਵੀਸ਼ਰ ਜਰਨੈਲ ਸਿੰਘ ਸਵਰਾਜ ਵਾਸਤੇ ਗਏ ਅਤੇ ਸਪੈਸ਼ਲ ਤੌਰ ਉੱਤੇ ਮੈਨੂੰ ਅੱਜ ਦੇ ਪ੍ਰੋਗਰਾਮ ਦੀ ਸਟੇਜ ਸੰਭਾਲਣ ਵਾਸਤੇ ਉਹਨਾਂ ਨੇ ਮੌਕਾ ਦਿੱਤਾ ਇਹ ਗੁਰਲਾਲ ਸਿੰਘ ਦਾ ਅਤੇ ਇੰਦਰਜੀਤ ਸਿੰਘ ਦਾ ਪਿਆਰ ਹੀ ਹੈ ਸੱਚ ਮੈਨੂੰ ਹੁਣ ਕਵਿਤਾ ਪੜ੍ਹਨੀ ਪੈਣੀ ਅਤੇ ਨਾ ਗੱਲਾਂ ਕਰਨੀਆਂ ਨਹੀਂ ਮੈਂ ਇਹ ਕਵਿਤਾ ਅੱਜ ਦੇ ਸੰਦਰਭ ਵਿੱਚ ਹੈ ਮੈਂ ਪ੍ਰਚਾਰ ਕਰਕੇ ਕਵਿਤਾ ਨਹੀਂ ਲਵਾਉਣੀ ਇਹਦੇ ਅਰਥ ਤੁਸੀਂ ਨਾਲੋ ਨਾਲ ਹੀ ਕਰ ਲੈਣੇ ਆਏ ਕਵੀਸ਼ਰੀ ਅੰਦਰ ਜਿਸ ਹੱਦ ਦਰਜੇ ਤੱਕ ਸੌ ਲਿਖਿਆ ਗਿਆ ਮੈਂ ਸਮਝਦਾ ਵੀ ਜੇ ਉਮਰਾਂ ਦੇ ਗਿਣੀਆਂ ਜਾਣ ਜੋਗੀਆਂ ਚੋਣਵੀਆਂ ਕਵਿਤਾਵਾਂ ਦਾ ਜ਼ਿਕਰ ਕੀਤਾ ਜਾਏਗਾ ਇਹ ਕਵਿਤਾ ਮੈਂ ਚੋਣਵੀਆਂ ਕਵਿਤਾਵਾਂ ਵਿੱਚ ਆ ਜਾਏਗੀ ਮੇਰੀ ਰੂਹ ਨੂੰ ਖੁਦ ਨੂੰ ਚੰਗੀ ਲੱਗਦੀ ਹੈ ਇਹ ਧੀਆਂ ਦੇ ਪ੍ਰਥਾਏ ਕਿਉਂਕਿ ਬਾਬਾ ਮਹਿਤ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਅੱਜ ਆਪਣੀ ਸੁਲੱਖਣੀ ਬੱਚੀ ਦਾ ਆਨੰਦ ਕਾਰਜ ਸਤਿਗੁਰਾਂ ਦੇ ਸਾਏ ਹੇਠ ਕੀਤਾ ਹੈ ਇਹਨੂੰ ਸਿੱਖਿਆ ਸਮਝ ਲਓ ਜਾਂ ਇਹ ਧੀ ਦੇ ਹੱਥ ਵਿੱਚ ਲਿਖੇ ਹੋਏ ਮੇਰੇ ਦੋ ਸ਼ਬਦ ਸਮਝ ਲਓ ਮਨਪ੍ਰੀਤ ਸਿੰਘ ਸੈਂਟੋ ਅੱਗੇ ਹਾਜ਼ਰੀ ਭਰੇਗਾ ਤੇ ਮੈਂ ਮਗਰ ਆਓ ਕਵਿਤਾ ਹੀ ਬਿਆਨ ਕਰੀਏ ਗੱਲਾਂ ਕਰੀਏ ਨਾ ਖੁਸ਼ੀ ਮਨੁੱਖ ਜੀਵਨ ਦੀ ਕੀ ਲਿਖ ਲਿਆ ਹਰੇਕ ਖੁਸ਼ੀ ਨਸੀਬ ਹੋਵੇ
ਸੱਭੇ ਕਾਲ ਸੁਨੇਹੜੇ ਜੀਏ ਗੁਰੂ ਨਾਨਕ ਸਤਿਗੁਰ ਸੁਖਾ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦੇ ਸਦਕਾ ਦੋ ਗੁਰਮੁਖ ਪਰਿਵਾਰ ਇਤਿਹਾਸ ਦੇ ਵਚਨ ਹਨ ਗੁਰਸਿੱਖ ਕੋ ਗੁਰਸਿੱਖ ਮਿਲੈ ਸੁਧਾ ਸੁਧਾ ਮਿਲ ਜਾਏ ਦੋ ਗੁਰਮੁਖ ਪਰਿਵਾਰਾਂ ਦੇ ਸੁਨੇਹ ਹੋਏ ਹਨ ਸਿੱਖ ਪੰਥ ਦੇ ਚੜ੍ਹਦੀ ਕਲਾ ਵਾਲੇ ਸਾਡੇ ਅਤੀ ਸਤਿਕਾਰਯੋਗ ਕਮਿਸ਼ਨ ਗਿਆਨੀ ਜੀ ਗਿਆਨੀ ਮਹਿਲ ਸਿੰਘ ਚੰਡੀਗੜ੍ਹ ਵਾਲੇ ਇਹਨਾਂ ਦੀ ਸਪੁੱਤਰੀ ਸਾਡੇ ਭੈਣ ਜੀ ਬੀਬਾ ਜਗਦੀਪ ਕੌਰ ਉਹਨਾਂ ਦਾ ਸ਼ੁਭ ਆਨੰਦ ਕਾਰਜ ਸਰਦਾਰ ਗੁਰਮੁਖ ਸਿੰਘ ਜੀ ਹੋਰਾਂ ਦੇ ਨਾਲ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਪੂਰਨ ਗੁਰਮਰਿਆਦਾ ਦੇ ਸਹਿਤ ਹੋਇਆ ਹੈ ਗੁਰਦੇਵ ਦੇ ਚਰਨਾਂ ਦੇ ਵਿੱਚ ਹਾਜ਼ਰੀ ਦਵਾਓ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਚਨ ਗੁਰਬੰਦੇ ਆਪਾਂ ਮਹਾਂਪੁਰਖਾਂ ਦੇ ਪਾਸੋਂ ਵਿਦਵਾਨਾਂ ਦੇ ਪਾਸੋਂ ਸਰਵਣ ਕੀਤੇ ਹਨ ਕੇਵਲ ਹਾਜ਼ਰੀ ਦਾ ਸਮਾਂ ਹੈ ਦਾਸ ਨੂੰ ਹੁਕਮ ਹੋਇਆ ਔਰ ਗੁਰਮੁਖ ਪਰਿਵਾਰ ਵੱਲੋਂ ਗਿਆਨੀ ਜੀ ਹੋਰਾਂ ਵੱਲੋਂ ਬੜੇ ਪਿਆਰ ਦੇ ਨਾਲ ਸੁਰ ਸਿੰਘ ਵਿਖੇ ਹਾਜ਼ਰ ਹੋ ਕੇ ਸੰਪਰਦਾਇ ਦਲ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਬਾਰਵੇਂ ਜਾਨਸ਼ੀਨ ਸਿੰਘ ਸਾਹਿਬ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਨੂੰ ਵੀ ਪ੍ਰੇਮ ਸੁਨੇਹਾ ਭੇਜਿਆ ਗਿਆ ਅਰਦਾਸ ਮਹਾਂਪੁਰਖਾਂ ਵੱਲੋਂ ਵੀ ਹਾਜ਼ਰੀ ਦਵਾਵੇਗਾ ਸਾਧ ਸੰਗਤ ਬਾਬਾ ਜੀ ਨੇ ਆਪ ਸੇਵਕਾਂ ਦੇ ਇਸ ਕਾਰਜ ਦੇ ਵਿੱਚ ਹਾਜ਼ਰ ਹੋਣਾ ਸੀ ਪਰ ਨਗਰ ਭੈਣ ਵਿਖੇ ਦਲ ਪੱਤਾ ਗੁਰਮੁਖ ਸਮਾਗਮ ਸੀ ਇੱਕ ਪੱਟੀ ਔਰ ਇਸੇ ਤਰ੍ਹਾਂ ਉਪਰੰਤ ਦਿੱਲੀ ਵਾਸਤੇ ਬਾਬਾ ਜੀ ਨੇ ਅੰਮ੍ਰਿਤਸਰ ਸਾਹਿਬ ਤੋਂ ਫਲੈਟ ਸੀ ਇਸ ਕਰਕੇ ਮਹਾਂਪੁਰਖਾਂ ਨੇ ਇਹ ਹੁਕਮ ਦਾਸ ਨੂੰ ਲਾਇਆ ਕਿ ਸਾਡੇ ਵੱਲੋਂ ਵੀ ਗੁਰੂ ਦੀਆਂ ਸੰਗਤਾਂ ਦੇ ਵਿੱਚ ਹਾਜ਼ਰੀ ਦਵਾਉਣੀ ਔਰ ਦੋਹਾਂ ਪਰਿਵਾਰਾਂ ਨੂੰ ਮੁਬਾਰਕਬਾਦ ਦੇਣੀ ਤੋਂ ਗੁਰਦੇਵ ਦੇ ਪਵਿੱਤਰ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਚਾਰ ਨਾਵਾਂ ਦੇ ਪਾਠ ਦੁਆਰਾ ਅੱਜ ਦਾ ਇਹ ਆਨੰਦ ਕਾਰਜ ਸੰਪੰਨ ਹੋਇਆ ਹੈ ਆਨੰਦ ਕਾਰਜ ਦੇ ਬਾਬਤ ਚਾਰ ਨਾਵਾਂ ਦੇ ਬਾਬਤ ਮਹਾਂਪੁਰਖਾਂ ਦੇ ਪਾਸੋਂ ਵਿਚਾਰਾਂ ਸਰਵਣ ਕੀਤੀਆਂ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਨੇ ਸਰਵਣ ਕਰਵਾਇਆ ਇਸੇ ਤਰ੍ਹਾਂ ਸਾਧ ਸੰਗਤ ਪੰਥ ਦੇ ਨਾਮਵਰ ਕਮਿਸ਼ਨ ਮੇਰੇ ਸਤਿਕਾਰਯੋਗ ਗਿਆਨੀ ਗੁਰਦਿਆਲ ਸਿੰਘ ਜੀ ਢਿਲਵਾਂ ਸਾਹਿਬ ਹਾਜ਼ਰੀ ਦਵਾ ਕੇ ਗਏ ਹਨ ਚਾਰ ਨਾਵਾਂ ਦਾ ਪਾਠ ਹੀ ਆਨੰਦ ਕਾਰਜ ਦਾ ਅਹਿਮ ਕਾਰਜ ਹੈ ਔਰ ਇਹਦੇ ਨਾਲ ਹੀ ਆਨੰਦ ਕਾਰਜ ਸੰਪੰਨ ਹੁੰਦਾ ਹੈ ਸਾਨੂੰ ਲੋੜ ਹੈ ਐਸੇ ਗੁਰਮੁਖਾਂ ਦੇ ਕਾਰਜਾਂ ਦੇ ਵਿੱਚੋਂ ਸੇਧ ਲੈਣ ਦੀ ਅਸੀਂ ਆਪਣੇ ਕਾਰਜਾਂ ਦਾ ਨਾਮ ਆਨੰਦ ਕਾਰਜ ਤਾਂ ਰੱਖਦੇ ਹਾਂ ਪਰ ਇਨਵੀਟੇਸ਼ਨ ਤੇ ਹੀ ਲਿਖਿਆ ਹੁੰਦਾ ਹੈ ਇਹਨਾਂ ਕਾਰਜਾਂ ਦੇ ਵਿੱਚ ਕਿਤੇ ਆਨੰਦ ਨਹੀਂ ਲੱਗਦਾ ਉਹ ਬਿਰਲੇ ਪਰਿਵਾਰ ਹਨ ਇਹਨਾਂ ਦੇ ਕਾਰਜਾਂ ਦੇ ਵਿੱਚ ਆਨੰਦ ਬਣਦਾ ਹੈ ਚਾਰ ਨਾਵਾਂ ਲਾਮ ਦਾ ਅਰਥ ਲਗਨ ਹੈ ਲਾਮ ਦਾ ਅਰਥ ਉਦਵਾਨਾਂ ਨੇ ਅਵਸਥਾ ਵੀ ਕੀਤਾ ਹੈ ਤੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਨੇ ਬਾਹਰੀ ਰਿਸ਼ਤਿਆਂ ਦੁਆਰਾ ਵੀ ਸਾਨੂੰ ਅੰਤਰੀਵ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਹ ਰਿਸ਼ਤਾ ਦੋ ਸਰੀਰਾਂ ਦਾ ਬਾਹਰੀ ਤੌਰ ਤੇ ਜਿੱਥੇ ਮਿਲਾਪ ਹੈ ਉੱਥੇ ਦੋ ਰੂਹਾਂ ਦਾ ਮਿਲਾਪ ਹੈ ਉੱਥੇ ਆਤਮਾ ਦੇ ਪਰਮਾਤਮਾ ਦੇ ਮਿਲਣ ਦਾ ਇੱਕ ਮਾਰਗ ਹੈ ਜਿਹੜਾ ਮਹਾਰਾਜ ਨੇ ਇਸ ਰਿਸ਼ਤੇ ਦੁਆਰਾ ਦਰਸਾਇਆ ਹੈ ਜਿੱਥੇ ਇਹ ਖੁਸ਼ੀ ਦਿੰਦਾ ਹੈ ਉਮੰਗ ਪੈਦਾ ਕਰਦਾ ਹੈ ਉਤਸ਼ਾਹ ਦਿੰਦਾ ਹੈ ਆਨੰਦ ਦਿੰਦਾ ਹੈ ਉੱਥੇ ਸਾਧ ਸੰਗਤ ਇਹ ਰਿਸ਼ਤਾ ਬਹੁਤ ਵੱਡਾ ਵਿਰਾਗ ਵੀ ਦਿੰਦਾ ਹੈ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ ਸਾਨੂੰ ਇਹ ਰਿਸ਼ਤਾ ਸੇਧ ਦਿੰਦਾ ਹੈ ਕਿ ਪੇਵਕੜੇ ਦਿਨ ਚਾਰ ਹੈ ਸਭ ਲੈ ਜਾਣਾ ਆਓ ਗੁਰੂ ਘਰ ਦਾ ਕਮਿਸ਼ਨ ਹੋਣ ਨਾਤੇ ਕਵਿਤਾ ਦੇ ਵਿੱਚ ਗੁਰਦੇਵ ਸੱਚੇ ਪਾਤਸ਼ਾਹ ਦਾ ਚਾਰ ਲਾਵਾਂ ਵਿੱਚ ਬਖਸ਼ਿਸ਼ ਕੀਤਾ ਉਪਦੇਸ਼ ਉਹਦਾ ਜਿਹੜਾ ਤਰਜਮਾ ਹੈ ਉਹ ਕਹਿ ਕੇ ਫਿਰ ਜਮਾਂ ਦਾ ਜਾ ਚੁੱਕਾ ਦਲ ਬਾਬਾ ਮਿਨੀ ਚੰਦ ਸਾਹਿਬ ਜੀ ਦਾ ਹਜ਼ੂਰੀ ਕਮਿਸ਼ਨ ਜਥਾ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਚਾਰ ਲਾਵਾਂ ਦੁਆਰਾ ਉਪਦੇਸ਼ ਕਿਵੇਂ ਬਿਆਨ ਕਰਦਾ ਦੰਪਤੀ ਸਪਾਕੇ ਤਾਈ ਤੇ ਚੈਰ ਦੀ ਜਾਣੋ ਸੱਭਿਆ ਪਾੜੇ ਕੋਈ ਨਾ ਗੈਰ ਦੀ ਜਾਣੋ ਸੱਭਿਆ ਪਾੜੇ ਕੋਈ ਨਾ ਗੈਰ ਦੀ ਗ੍ਰਹਿ ਕਰੋ ਗਿਆਨ ਜੀਵਨ ਸ਼ਿੰਗਾਰ ਦਾ ਟੁੱਟੇ ਨਾ ਕਦੇ ਵੀ ਬੰਧਨ ਪਿਆਰ ਦਾ ਮਾਰਗ ਦਿਖਾਤਾ ਸਾਨੂੰ ਸੱਚ
مہاراج سچے پاتشاہ دے بخشش کیتے اپدیش دوارا
اپنے پتر اس منکھا جیون نو سبلا بناون دے واسطے اودم ملے اتشاہ ملے ستگرو جی دی کرپا ملے بہت بہت دھنواد ستکار جو گیانی مہر سنگھ جی ہوراں دا تسا دوہاں ہی پرواراں دا اور گرمکھ پیارے کھرڑ توں ساڈے ستکار جو سنگھ ਗੁਰੂਆਂ ਨਾਟਕੀਆਂ ਪਹੁੰਚਾਂ ਪਹੁੰਚੇ ਹਨ ਭਾਈ ਗੁਰਜਿੰਦਰ ਸਿੰਘ ਜੀ ਸਾਰੇ ਸਿੰਘਾਂ ਦਾ ਧੰਨਵਾਦ ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਪੰਥ ਦੇ ਸ਼੍ਰੋਮਣੀ ਕਮਿਸ਼ਨ ਭਾਵੇਂ ਸਮੇਂ ਦੀ ਕਿੱਲਤ ਸੀ ਪਰ ਫਿਰ ਵੀ ਉਹ ਬੜੀ ਜ਼ਿੰਮੇਵਾਰੀ ਦੇ ਨਾਲ ਸਵੇਰ ਦੇ ਸਮੇਂ ਤੋਂ ਸਟੇਜ ਦਾ ਪ੍ਰਬੰਧ ਚਲਾ ਰਹੇ ਹਨ ਉਹਨਾਂ ਦਾ ਧੰਨਵਾਦ ਆਈ ਟੀ ਕਾਲਜ ਬਾਰੇ ਸਰਦਾਰ ਜੀ ਉਹਨਾਂ ਦਾ ਧੰਨਵਾਦ ਪਸਵੰਤੇ ਸੱਜਣਾ ਦਾ ਦੋਵਾਂ ਹੀ ਪਰਿਵਾਰਾਂ ਵੱਲੋਂ ਸੋ ਸਾਧ ਸੰਗਤ ਬੜਾ ਸਤਿਕਾਰ ਕੀਤਾ ਗਿਆ ਪੰਥ ਦਾ ਚੜ੍ਹਦੀ ਕਲਾ ਵਾਲਾ ਢਾਡੀ ਜੱਥਾ ਸਾਡੇ ਸਤਿਕਾਰ ਜੋ ਕਿ ਦਲੇਰ ਕੌਰ ਜੀ ਉਹ ਵੀ ਪਰਿਵਾਰ ਸਮੇਤ ਪਹੁੰਚੇ ਨੇ ਗਿਆਨੀ ਗੁਰਪ੍ਰੀਤ ਸਿੰਘ ਜੀ ਲਾਂਡਰਾ ਉਹ ਹਾਜ਼ਰੀ ਦਵਾ ਕੇ ਗਏ ਨੇ ਸੋ ਦਾਸ ਇੰਨੇ ਸ਼ਬਦਾਂ ਦੇ ਨਾਲ ਹੀ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਬਾਰਵੇਂ ਗਿਆਨ ਸਿੰਘ ਸਾਹਿਬ ਜਥੇਦਾਰ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਵੱਲੋਂ ਹਾਜ਼ਰੀ ਬੋਲਦਾ ਹੋਇਆ ਫਤਿਹ ਦਰਜ ਕਰਦਾ ਹੈ ਉਹਨਾਂ ਭੁੱਲਾਂ ਦੀ ਖਿਮਾ ਸਿੰਘ ਸਜੋ ਅੰਮ੍ਰਿਤ ਛਕੋ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਿਚੋਲੇ ਤੋਂ ਬਿਨਾਂ ਕੋਈ ਕਾਰਜ ਸਿਰੇ ਨਹੀਂ ਚੜ੍ਹਦਾ ਭਾਜੀ ਸਤਨਾਮ ਸਿੰਘ ਜੀ ਪੰਡੋਰੀ ਵਾਲੇ ਉਹਨਾਂ ਨੂੰ ਬੇਨਤੀ ਅੱਗੇ ਨਾਮਾਂ ਦਾ ਅਰੰਭ ਕੀਤਾ ਸੀ ਉਹਨਾਂ ਦਾ ਸਨਮਾਨ ਅਸੀਂ ਲੇਟ ਕਰ ਰਹੇ ਹਾਂ ਥੋੜ੍ਹਾ ਜਿਹਾ ਇਹਦੀ ਮੈਂ ਖਿਮਾ ਵੀ ਮੰਗਦਾ ਉਹਨੂੰ ਸਕੇਲ ਪਿਆ ਹੁਣ ਬੋਲੇ ਸੋ ਨਿਹਾਲ ਭਾਜੀ ਸੰਦੂਲ ਸਿੰਘ ਸਾਹਿਬ ਜੀ ਦਾ ਭਾਜੀ ਜਰਮੈਲ ਸਿੰਘ ਉਹਨਾਂ ਦਾ ਅੰਗ ਦੁਰ ਕੀਤਾ ਗਿਆ ਹੈ ਗੁਰਜਿੰਦਰ ਸਿੰਘ ਸਾਹਿਬ ਜੀ ਔਰ ਜਜਾਬ ਸਿੰਘ ਸਾਹਿਬ ਜੀ ਉਹਨਾਂ ਨੂੰ ਵੀ ਬੇਨਤੀ ਹੈ ਸਦੀਵੀ ਚੜ੍ਹਦੀ ਕਲਾ ਦੀ ਅਰਦਾਸ ਹੈ ਦਮਾਂ ਪਰਿਵਾਰਾਂ ਨੂੰ ਮਾਲਕ ਦੁਨੀਆਂ ਦੀ ਹਰ ਦਾਤ ਸਤਿਗੁਰੂ ਧਰਮ ਕਰੋ ਬਖਸ਼ਿਸ਼ ਕਰਕੇ ਨਵਾਜਣ ਗੱਲ ਭਾਈ ਸ਼ਾਮ ਸਿੰਘ ਜੀ ਹੋਮ ਲੈਣ ਤੋਂ ਬਖਸ਼ਿਸ਼ ਕਰਨ ਭਾਜੀ ਸਤਨਾਮ ਸਿੰਘ ਹੁਣੀ ਆ ਗਏ ਹੈ ਚੰਗੇ ਕਮਿਸ਼ਨ ਨੇ ਬਹੁਤ ਵੱਡਾ ਇਹਨਾਂ ਦਾ ਅਦਭੁਤ ਹੈ ਆਹ ਗਿਆਨੀ ਮਹਿਲ ਸਿੰਘ ਜੀ ਚੰਡੀਗੜ੍ਹ ਵਾਲਿਆਂ ਨਾਲ ਜੋ ਬੋਲੇ ਸੋ ਨਿਹਾਲ ਨਾਮ ਦੀ ਨਾਮ ਗੁਰਦੁਆਰਾ ਸਾਹਿਬ ਦੀ ਰਜਾ ਬਹੁਤ ਚੰਗੀ ਲੱਗਦੀ ਹੈ ਸੱਜੇ ਪਾਸਿਆਂ ਦੇ ਬਹੁਤ ਖੁਸ਼ੀਆਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਕੇ ਨਵਾਜਿਆ ਹੈ ਔਰ ਇਹ ਵੀ ਦੁਆਰ ਵੈਸੇ ਤਰ੍ਹਾਂ ਚਾਵਾਂ ਦੇ ਨਾਲ ਖੁਸ਼ੀਆਂ ਦੇ ਨਾਲ ਬੁਲਾਰਾਂ ਦੇ ਨਾਲ ਆਪਾਂ ਸਤਿਗੁਰਾਂ ਦੇ ਮੁਬਾਰਕ ਚਰਨਾਂ ਵਿੱਚ ਖੜਦੇ ਰਹੀਏ ਆਹ ਵੀਰ ਜੀ ਬੈਠੇ ਹੀ ਹੈ ਕੀਰਤਨ ਸੁਣਿਆ ਉਹਦਾ ਵੀ ਆਨੰਦ ਆਇਆ ਕਥਾ ਵਿਚਾਰਾਂ ਸੁਣੀਆਂ ਉਹਦਾ ਵੀ ਆਨੰਦ ਆਇਆ ਮੈਨੂੰ ਗਾਉਣਾ ਨਹੀਂ ਆਉਂਦਾ ਤੇ ਗੁਰੂ ਸਾਹਿਬ ਸਾਰਿਆਂ ਨੂੰ ਸਮਾਪਤ ਕਰਨ ਦੀ ਕਲਾ ਬਖਸ਼ਿਸ਼ ਕਰਨ ਲਾਵਾਂ ਸਮਾਂ ਸੰਗਤ ਨੇ ਬੈਠ ਕੇ ਨਾਮ ਗਾਉਣਿਆ ਹੈ ਇਹ ਦੁਆਰਾ ਕਿਰਪਾ ਕਰਦਾ ਰਹੇ ਇਹ ਤਮੰਨਾ ਰੱਖਿਆ ਕਰੋ ਸਦਾ ਜਦੋਂ ਚੰਗੇ ਕਾਰਜ ਵੀ ਆਪਾਂ ਜੁੜਦੇ ਹਾਂ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ ਮੈਂ ਕਮਿਸ਼ਨਰ ਤੇ ਮੈਨੂੰ ਮਾਣ ਹੈ ਇਸ ਗੱਲ ਦਾ ਇਹ ਉਹ ਕਮਿਸ਼ਨ ਜਥਾ ਜਿਨ੍ਹਾਂ ਨੇ ਸਾਡੀ ਕਵੀਸ਼ਰੀ ਕਲਾ ਨੂੰ ਐਨ ਅਮੀਰੀ ਦੀ ਸਿਖਰ ਉੱਤੇ ਪਹੁੰਚਾ ਦਿੱਤਾ ਜਿੱਥੇ ਕਮਿਸ਼ਨ ਕਦੇ ਗਏ ਨਹੀਂ ਉੱਥੇ ਵੀ ਇਹਨਾਂ ਨੂੰ ਸੁਣਿਆ ਜਾਂਦਾ ਹੈ ਇਹ ਬੇਸ਼ੱਕ ਸਾਡੇ ਨਾਲੋਂ ਬਾਅਦ ਵੀ ਤੁਰੇ ਹੈ ਭਾਈ ਸਾਹਿਬ ਹੋਣੀ ਪਰ ਇਹ ਸੱਚ ਹੈ ਛਾਲਾ ਇਹਨਾਂ ਨੇ ਐਡੀਆਂ ਵੱਡੀਆਂ ਮਾਰੀਆਂ ਪਿਆ ਜੀ ਸਾਰਿਆਂ ਨੂੰ ਪਛਾਣ ਗਿਆ ਹੈ ਮੈਨੂੰ ਮਾਣ ਹੈ ਇਹਨਾਂ ਦੀ ਮਿਹਨਤ ਉੱਤੇ ਔਰ ਖੁਸ਼ੀ ਹੁੰਦੀ ਹੈ ਅੰਤਾਂ ਦਾ ਪਿਆਰ ਮੁਹੱਬਤ ਤੇ ਸਾਨੂੰ ਵੀ ਬਖਸ਼ਿਸ਼ ਕਰਕੇ ਨਵਾਜਦੇ ਹੈ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਕਰਦਾ ਹੈ ਦਾਦਾ ਜੀ ਦੀ ਕਰਮ ਨਵਾਜੀ ਦਾ ਸਦਕਾ ਸਾਨੂੰ ਸਾਰਿਆਂ ਨੂੰ ਸਵਾਸ ਸਫਲਿਆ ਬਣਾਉਣ ਦਾ ਮੌਕਾ ਗੁਰੂ ਚਰਨਾਂ 'ਚ ਬੈਠ ਕੇ ਪ੍ਰਾਪਤ ਹੋਇਆ ਹੈ ਮੈਂ ਤੁਹਾਨੂੰ ਦੱਸ ਦਿੰਦਾ ਹੈ ਜਦੋਂ ਜਦੋਂ ਮੇਰੀ ਇੱਦਾਂ ਦੀ ਡਿਊਟੀ ਲੱਗਦੀ ਹੈ ਭਾਵੇਂ 7 ਘੰਟੇ ਲੱਗਣ ਜਾਂ 8 ਮੈਂ ਨਹੀਂ ਗੁਰੂ ਦੇ ਦਰਬਾਰ ਵਿੱਚ ਮੁੜ ਕੇ ਬਾਹਰ ਜਾਂਦਾ ਇੱਕ ਵਾਰੀ ਜੱਜਮੈਂਟ ਕਰਨ ਦਾ ਮੌਕਾ ਮਿਲਿਆ ਪ੍ਰੋਗਰਾਮ 6:30 ਘੰਟੇ ਲੰਮਾ ਹੋ ਗਿਆ ਨਾਲ ਦੇ ਜਿਹੜੇ ਜੱਜ ਸੀ ਕੈਂਥੇ ਨਵਾਰ ਵਿਚਾਰੇ ਬਾਤ ਹੁਣ ਸੂਕਮ ਅਵਰਾਸ ਹੋਏਗੀ ਆਪਾਂ ਸਾਰਿਆਂ ਦੇ ਵਿੱਚ ਸ਼ਾਮਿਲ ਹੋਣਾ ਹੈ ਧੰਨਵਾਦ ਸਰ ਅਤੇ ਪ੍ਰਵਾਨ ਕਰੋ ਜਦਕੇ ਵਾਲੇ ਪਿਆਰ ਨੇ ਆਪਾਂ ਸਾਰਿਆਂ ਨਾਲ ਮੰਨਣਾ ਹੈ ਇਸ ਪ੍ਰੋਗਰਾਮ ਦੀ ਸਲਾਹਨੇ ਪ੍ਰੋਗਰਾਮ ਤੇ ਇੱਥੇ ਸਮਾਪਤੀ ਹੈ ਸਤਿਗੁਰਾਂ ਦਾ ਧੰਨਵਾਦ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਜੋਗਾ ਜੋਗਾ ਡਾਕਟਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਆਪ ਜੀ ਕੀ ਮਹਿਮਾ ਕਹੀ ਨਾ ਜਾਏ ਸਭ ਥਾਈ ਹੋਣੀ ਸਾਰ ਸਤਿ ਸ੍ਰੀ ਅਕਾਲ ਗੁਰੂ ਜੀ ਕਾ ਧਿਆਨ ਪਰ ਖਾਲਸਾ ਜੀ ਸਾਰੇ ਬੋਲੋ ਜੀ ਵਾਹਿਗੁਰੂ ਦਾ ਧਿਆਨ ਪਰ ਬੋਲੋ ਜੀ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਇਹ ਨਮਾਣਿਆਂ ਦੇ ਮਾਣ ਨਿਸ਼ਾਨਿਆਂ ਦੇ ਤਾਂ ਗੁਰੂ ਗਰੀਬ ਨਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ
Oh,
Thank you.
Thank you.
Thank you.
Sunday.
समरथा बाबुल मेरा वाड
مدھر پیائے ہیں مکھ بچن رسال مدھر پیائے ہیں